Shri Guru Ram Das Gun Gaavo Shri Arjan Bignan Ke Nasak Bignan Ke Nasak Shri Har Gobind Shubh Sumat Parkashak Shri Har Rai Namo Kar Jori Namo Kar Jori Guru Har Krishan Manaye Bahori Guru Tegh Bahadur Param Kirpala Param Kirpala Shri Guru Gobind Singh Visala Taron Tahara Par Pun Pun Sisa Pun Pun Sisa Bandon Bar Bar Jagdisha Jisme hai Amrit Gyan hai Manak Bhagat Bairag Shri Guru Granth Sahib Udad Bandon Kar Anurag Ekankara Satguru Teh Prasad Sach Hoye Vahe Guru Ji Ki Fathe Bigan Binashan Soye Tan Tan Satguru Garib Nawaz Antar Jami Deen Duniya De Malik Chabar Shatr Takhat De Malik Hajra Hajur Jahra Jahur Sarv Kala Bharpur Sache Patsha Antar Jami Tan Tan Satguru Shri Guru Granth Sahib Ji Maharaj Granth Sahib Ji O Maharaj Bade Hi Pyar De Nal Sab Sikh Sangat Dome Hath Jod Ke Gaj Ke Ucharan Karo Ji Tan Tan Shri Guru Granth Sahib Ji Maharaj Tan Tan Shri Guru Granth Sahib Ji Maharaj Satguru Garib Nawaz Ji Di Puitra Hajri Vich Saj Ke Gurbani Ji Da Manohar Ras Pinna Kirtan Aap Ji Ne Sarvan Kita Hai Aao Dome Hath Jod Ke Gaj Ke Sari Sangat Fateh Bilao Ji Vaheguru Ji Ka Khalsa Vahe Guru Ji Ki Fate Sache Patsha Garib Nawaz Ji Di Kirpa Hoi Hai Har Roj Di Tarah Aap Ji Maharaj Ji Di Puitr Hajri Vich Saj Ke Baithe Ho Is Paase Khadna Sangat Karanda Guru Ghar Vich Hajri Bharanda Seva Karanda Maharaj Ji De Darshan Karanda Sohna Mauka Guru Ji Di Kirpa Nal Sanu Saryan Nu Prapat Hoya Hai Satguru Ji Da Beant Beant Shukr Kardeya Hoya Dome Hath Jod Ke Kaho Ji Shri Vaheguru Shri Vaheguru Dasme Patsha Maharaj Ji Di Ladi War Katha Aap Sab Sangatan Har Roj Bade Pyar De Nal Is Asthan Te Baith Ke Sarvan Kardeya Hoya देशां विदेशां वेच सिख संगतां करांदे वेच बैठ के सर्वन कर दिया हान हजूर गरीब नवाज सच्चे पातशाह तान सतगुरु श्री गुरु गोबिंद सिंह साहब जी मालवे की धरती ते शमीर के घर वेच बैठे हुए हैं शमीर सात संगत जी भाई राय जोध के परिवार विचों है ये तीन भरा ने
ਲਖਮੀਰ ਸ਼ਮੀਰ ਅਤੇ ਤਖ਼ਤ ਮੱਲ ਹਜ਼ੂਰ ਮਹਾਰਾਜ ਗਰੀਬ ਨਵਾਜ਼ ਜੀ ਦੀ ਬੜੀ ਸੇਵਾ ਕਰ ਰਹੇ ਆ। ਆਏ ਹੋਏ ਹਰ ਸਿੱਖ ਦੀ ਸ਼ਮੀਰ ਬੜੇ ਪਿਆਰ ਨਾਲ ਸੇਵਾ ਕਰਦਾ ਹੈ। ਮਹਾਰਾਜ ਗਰੀਬ ਨਵਾਜ਼ ਸ਼ਮੀਰ ਦੀ ਸੇਵਾ ਵੇਖ ਵੇਖ ਕੇ ਬੜੇ ਪ੍ਰਸੰਨ ਹੋ ਰਹੇ ਆ। ਕਈ ਮਨੁੱਖਾਂ ਦੀ ਸੇਵਾ ਇੰਨੀ ਮਹਾਨ ਹੁੰਦੀ ਹੈ ਕਿ ਜਿਹਦੀ ਉਹ ਸੇਵਾ ਕਰ ਰਹੇ ਹੁੰਦੇ ਆ, ਵੇਖਣ ਵਾਲੇ ਦਾ ਆਪੇ ਹੀ ਜੀ ਕਰਦਾ ਵੀ ਇਹਨੂੰ ਕੁਝ ਦਈਏ ਜੀ, ਇਹਨੂੰ ਕੁਝ ਦਈਏ। ਇਸ ਕਰਕੇ ਹਜ਼ੂਰ ਗਰੀਬ ਨਵਾਜ਼ ਸੱਚੇ ਪਾਤਸ਼ਾਹ ਸ਼ਮੀਰ ਨੂੰ ਕਹਿਣ ਲੱਗੇ, ਸ਼ਮੀਰ ਆ ਸਾਡੇ ਸਿੱਖ ਨੇ ਸਾਨੂੰ ਚੋਲਾ ਭੇਟਾ ਕੀਤਾ, ਇਸ ਚੋਲੇ ਨੂੰ ਪਾ ਕੇ ਘੋੜੇ 'ਤੇ ਚੜ੍ਹ ਜਾ, ਸਵੇਰ ਹੋਣ ਤੋਂ ਸ਼ਾਮ ਤੱਕ ਜਿੱਥੋਂ ਤੱਕ ਤੂੰ ਚੱਕਰ ਮਾਰੇਗਾ ਉੱਥੋਂ ਤੱਕ ਸਾਰਾ ਰਾਜ ਭਾਗ ਤੇਰਾ ਹੋ ਜਾਏਗਾ। ਸਾਧ ਸੰਗਤ ਜੀ, ਸ਼ਮੀਰ ਨੂੰ ਮਹਾਰਾਜ ਦੇ ਬਚਨਾਂ 'ਤੇ ਭਰੋਸਾ ਸੀਗਾ। ਜਦੋਂ ਉਹਨੇ ਘਰ ਜਾ ਕੇ ਗੱਲ ਕੀਤੀ ਅਤੇ ਉਹਦੇ ਘਰ ਵਿੱਚ ਬੇਮੁੱਖ ਪੰਜ ਪੀਰੀ ਉਹਦਾ ਮਾਮਾ ਰਹਿੰਦਾ ਹੈ, ਮਾਮੇ ਨੇ ਇਸ ਗੱਲ ਤੋਂ ਮਨ੍ਹਾ ਕਰ ਦਿੱਤਾ ਵੀ ਤੂੰ ਇਹ ਕੰਮ ਨਾ ਕਰੀ, ਕਿਉਂ ਇਸ ਸਮੇਂ ਵਧੀਆ ਪੁਸ਼ਾਕ ਪਾ ਕੇ ਘੋੜੇ 'ਤੇ ਚੜ੍ਹੇਗਾ, ਆਸੇ ਪਾਸੇ ਦੇ ਲੋਕਾਂ ਨੂੰ ਪਤਾ ਲੱਗਣਾ ਅਤੇ ਸਰਕਾਰ ਨੂੰ ਵੀ ਪਤਾ ਲੱਗਣਾ, ਗੁਰੂ ਸਾਹਿਬ ਕੋਲ ਤਾਂ ਆਪਣੇ ਕੋਲ ਕੁਝ ਨਹੀਂ ਹੈਗਾ, ਉਹ ਤੈਨੂੰ ਕੀ ਦੇਣਗੇ। ਸਾਧ ਸੰਗਤ ਜੀ, ਦਾਸ ਚਾਰ ਪੰਜ ਦਿਨ ਤੋਂ ਲਗਾਤਾਰ ਇਹ ਬੇਨਤੀ ਕਰ ਰਿਹਾ, ਭੁੱਲ ਭੁਲੇਖੇ ਵੀ ਇਹੋ ਜਿਹੇ ਮਾੜੇ ਬੰਦੇ ਦੀ ਸੰਗਤ ਨਾ ਕਰੀਏ ਜਿਹਨੂੰ ਸਤਿਗੁਰੂ ਜੀ 'ਤੇ ਭਰੋਸਾ ਨਹੀਂ ਹੈਗਾ ਜੀ, ਉਹਦੀ ਸੰਗਤ ਕਰਨੀ ਹੈ, ਉਹਦੇ ਕੋਲ ਬੈਠਣਾ ਹੈ ਜਿਹਦੇ ਕੋਲ ਬੈਠ ਕੇ ਸਤਿਗੁਰੂ ਜੀ 'ਤੇ ਭਰੋਸਾ ਹੋਰ ਵਧੇ ਜੀ, ਭਰੋਸਾ ਘਟੇ ਨਾ। ਲਖਮੀਰ ਸ਼ਮੀਰ ਅਤੇ ਤਖ਼ਤ ਮੱਲ ਆਪਣੇ ਮਾਮੇ ਦੀ ਗੱਲ ਮੰਨਦੇ ਸਨ ਅਤੇ ਸ਼ਮੀਰ ਨੇ ਕੀ ਕੀਤਾ ਜੀ, ਘੋੜੇ 'ਤੇ ਤਾਂ ਚੜ੍ਹਿਆ ਪਰ ਆਪਣੇ ਪਿੰਡ ਦਾ ਹੀ ਚੱਕਰ ਫੇਰਿਆ ਜੀ। ਮਹਾਰਾਜ ਸੱਚੇ ਪਾਤਸ਼ਾਹ ਜਾਣ ਗਏ ਵੀ ਮਾਮੇ ਨੇ ਵਡਿਆਈ ਨਹੀਂ ਲੈਣ ਦਿੱਤੀ ਜੀ। ਫਿਰ ਇੱਕ ਦਿਨ ਸ਼ਮੀਰ ਮਹਾਰਾਜ ਦੇ ਕੋਲ ਬੈਠਾ, ਮਹਾਰਾਜ ਸੱਚੇ ਪਾਤਸ਼ਾਹ ਪ੍ਰਸ਼ਾਦਾ ਛੱਕ ਰਹੇ ਹੈ ਅਤੇ ਸ਼ਮੀਰ ਮਹਾਰਾਜ ਨੂੰ ਕਹਿਣ ਲੱਗਾ, ਮਹਾਰਾਜ ਇਹ ਜਿੰਨਾ ਪ੍ਰਸ਼ਾਦਾ ਬਚਿਆ ਕਿਰਪਾ ਕਰਕੇ ਮੈਨੂੰ ਦੇ ਦਿਓ। ਮਹਾਰਾਜ ਨੇ ਆਪਣਾ ਪ੍ਰਸ਼ਾਦ ਦੇ ਦਿੱਤਾ ਪਰ ਜਿਹੜਾ ਮਾਮਾ ਸੀਗਾ ਉਹ ਬੜਾ ਖਰਾਬ। ਮਹਾਰਾਜ ਕਹਿੰਦੇ, ਸ਼ਮੀਰ ਫਿਰ ਇੱਥੇ ਬਹਿ ਕੇ ਛੱਕ। ਸ਼ਮੀਰ ਕਹਿਣ ਲੱਗਾ, ਮਹਾਰਾਜ ਜੇ ਕਿਰਪਾ ਕਰੋ ਘਰ ਬਹਿ ਕੇ ਛੱਕ ਲਵਾਂ। ਘਰ ਥਾਲ ਲੈ ਗਿਆ, ਜਦੋਂ ਘਰ ਥਾਲ ਲੈ ਗਿਆ ਹਜ਼ੂਰ ਗਰੀਬ ਨਵਾਜ਼ ਸੱਚੇ ਪਾਤਸ਼ਾਹ ਮਹਾਰਾਜ ਤਾਂ ਜਾਣਦੇ ਸੀ ਪਹਿਲਾਂ, ਮਾਮਾ ਕਹਿਣ ਲੱਗਾ ਇਹ ਪ੍ਰਸ਼ਾਦ ਨਾ ਛਕੋ। ਉਹਨੇ ਇੰਨੀਆਂ ਤਕਰੀਰਾਂ ਦਿੱਤੀਆਂ ਜਿਹਦੇ ਕਰਕੇ ਸ਼ਮੀਰ ਮਾਮੇ ਦੀਆਂ ਗੱਲਾਂ ਵਿੱਚ ਆ ਗਿਆ ਅਤੇ ਮਹਾਰਾਜ ਦਾ ਜਿਹੜਾ ਪ੍ਰਸ਼ਾਦ ਸੀ ਨਾ ਜੀ ਉਹ ਧਰਤੀ ਦੇ ਵਿੱਚ ਦੱਬ ਦਿੱਤਾ ਜੀ, ਪ੍ਰਸ਼ਾਦ ਨਹੀਂ ਛਕਿਆ ਜੀ। ਸੰਗਤ ਜੀ, ਲਾਗੇ ਕੋਈ ਇੱਕ ਅੱਧਾ ਬੰਦਾ ਵੀ ਇਹੋ ਜਿਹਾ ਹੋਵੇ ਜਿਹਨੂੰ ਮਹਾਰਾਜ 'ਤੇ ਭਰੋਸਾ ਨਾ ਹੋਵੇ, ਕਈ ਵਾਰੀ ਉਹ ਸਾਰਿਆਂ ਨੂੰ ਗੁਰੂ ਦੀ ਦਾਤ ਤੋਂ ਵਾਂਝਿਆਂ ਕਰ ਦਿੰਦਾ ਹੈ ਜੀ। ਇਸ ਕਰਕੇ ਬੜਾ ਧਿਆਨ ਰੱਖਣਾ ਹੈ, ਕਿਤੇ ਭੁੱਲ ਭੁਲੇਖੇ ਵੀ ਐਸੇ ਪੁਰਸ਼ ਦੀ ਸੰਗਤ ਨਹੀਂ ਕਰਨੀ ਜਿਹਨੂੰ ਸਤਿਗੁਰੂ ਜੀ 'ਤੇ ਉੱਤੇ ਭਰੋਸਾ ਨਾ ਹੋਵੇ ਜੀ। ਮਹਾਰਾਜ ਦਾਤ ਦੇ ਰਹੇ ਹੈ ਅਤੇ ਸ਼ਮੀਰ ਦਾ ਮਾਮਾ ਦਾਤ ਲੈਣ ਨਹੀਂ ਦੇ ਰਿਹਾ ਜੀ। ਮਹਾਰਾਜ ਨੇ ਫਿਰ ਦਿੱਤੀ ਹੈ ਅਤੇ ਮਾਮੇ ਨੇ ਫਿਰ ਰੁਕਾਵਟ ਪਾ ਦਿੱਤੀ ਹੈ ਜੀ। ਇਸ ਤਰੀਕੇ ਨਾਲ ਕੁਝ ਬੰਦੇ ਹੁੰਦੇ ਹੀ ਐਸੇ ਹੈ, ਉਹ ਦਾਤ ਬੰਦੇ ਨੂੰ ਪ੍ਰਾਪਤ ਹੀ ਨਹੀਂ ਕਰਨ ਦਿੰਦੇ ਜੀ। ਹੁਣ ਇਹਦੇ ਤੋਂ ਅੱਗੇ ਜੋ ਪ੍ਰਸੰਗ ਹੈ ਉਹ ਆਪ ਜੀ ਬੜੇ ਪਿਆਰ ਦੇ ਨਾਲ ਸਰਵਣ ਕਰੋ। ਸਤਿਗੁਰੂ ਜੀ ਨੂੰ ਤਾਂ ਉਸੇ ਸਮੇਂ ਪਤਾ ਲੱਗ ਗਿਆ, ਮਹਾਰਾਜ ਅੰਤਰਜਾਮੀ ਗੁਰੂ ਜੀ ਨੂੰ ਉਸੇ ਵੇਲੇ ਪਤਾ ਲੱਗ ਗਿਆ ਵੀ ਸ਼ਮੀਰ ਦੇ ਮਾਮੇ ਨੇ ਫਿਰ ਪ੍ਰਸ਼ਾਦ ਨਹੀਂ ਛਕਣ ਦਿੱਤਾ ਅਤੇ ਰਾਤ ਵੇਖ ਕੇ ਇਹਨਾਂ ਨੇ ਪ੍ਰਸ਼ਾਦ ਧਰਤੀ ਵਿੱਚ ਨੱਪ ਦਿੱਤਾ ਹੈ ਜੀ। ਹੁਣ ਇਹਦੇ ਤੋਂ ਅੱਗੇ ਜੋ ਕਥਾ ਹੈ ਉਹ ਆਪਾਂ ਬੜੇ ਪਿਆਰ ਦੇ ਨਾਲ ਸਾਰੀ ਸੰਗਤ ਸਰਵਣ ਕਰੀਏ, ਸੁਰਤੀਆਂ ਬਿਰਤੀਆਂ ਇਕਾਗਰ ਕਰੀਏ, ਦੋਵੇਂ ਹੱਥ ਜੋੜ ਕੇ ਗੱਜ ਕੇ ਆਖੋ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤ ਗੱਜ ਕੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ।
ਗੁਰੂ ਸਾਹਿਬ ਜੀ ਰੱਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਪਤ ਹੋਏ ਕਰ ਜਾਮਨੀ ਉੱਠ ਆਈ ਪ੍ਰਭਾਤੀ ਰਾਤ ਸਾਰਿਆਂ ਨੇ ਸੌਂ ਕੇ ਬਤੀਤ ਕੀਤੀ ਪਿਆਰਿਓ ਜਦੋਂ ਦਿਨ ਚੜ੍ਹਿਆ ਤੇ ਦਿਨ ਚੜ੍ਹੇ ਸ਼ਮੀਰ ਇਸ਼ਨਾਨ ਪਾਨ ਕਰਕੇ ਸਤਿਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕੋਲ ਆਇਆ ਹੱਥ ਜੋੜ ਬੰਦਨ ਕਰੀ ਧਰਕਤ ਦਿਸ ਛਾਤੀ ਹੱਥ ਜੋੜ ਕੇ ਮੱਥਾ ਤੇ ਟੇਕਿਆ ਪਰ ਅੰਦਰੋਂ ਦਿਲ ਧੜਕਦਾ ਹੈ ਜੀ ਕਿਉਂ ਜਿਹਦੇ ਕੋਲ ਗਲਤੀ ਹੋਈ ਹੋਵੇ ਪਤਾ ਤੇ ਉਹਨੂੰ ਹੁੰਦਾ ਹੀ ਹੈ ਵੀ ਮੇਰੇ ਕੋਲ ਗਲਤੀ ਹੋਈ ਹੈ ਔਰ ਉਹ ਬੰਦਾ ਅੰਦਰੋਂ ਡਰਿਆ ਵੀ ਹੁੰਦਾ ਹੁਣ ਇਹਨੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ਼ ਜੀ ਨੂੰ ਮੱਥਾ 'ਤੇ ਟੇਕਿਆ ਸ਼ਮੀਰ ਨੇ ਪਰ ਸ਼ਮੀਰ ਮਨੋਂ ਡਰਿਆ ਹੋਇਆ ਜੀ ਹਾਂਜੀ ਸ਼੍ਰੀ ਮੁਖ 'ਤੇ ਬੂਜਨ ਕਰਿਓ ਲੈ ਮਹਾਂ ਪ੍ਰਸ਼ਾਦਾ ਸੱਚੇ ਪਾਤਸ਼ਾਹ ਮਹਾਰਾਜ ਨੇ ਪੁੱਛ ਲਿਆ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਮਹਾਰਾਜ ਕਹਿੰਦੇ ਸ਼ਮੀਰ ਜਿਹੜਾ ਪ੍ਰਸ਼ਾਦ ਸਾਡਾ ਤੁਸੀਂ ਲੈ ਕੇ ਗਏ ਸੀ ਅਚਵਨ ਕਰਿਓ ਕੇ ਨਾਹੇ ਤੈਂ ਦਾਨੀ ਅਹਿਲਾਦਾ ਮਹਾਰਾਜ ਕਹਿੰਦੇ ਤੁਸੀਂ ਬੜੇ ਵੱਡੇ ਦਾਨੀ ਹੋ ਤੁਸੀਂ ਕਹਿੰਦੇ ਸੀ ਸਾਰੇ ਪਰਿਵਾਰ ਨੂੰ ਦੇਣਾ ਹੈ ਦੱਸੋ ਹੁਣ ਪ੍ਰਸ਼ਾਦਾ ਛਕ ਲਿਆ ਹਾਂਜੀ ਤਬ ਸ਼ਮੀਰ ਬਿਨ ਧੀਰ ਹੋਇ ਗੁਰ ਤੀਰ ਉਚਾਰੇ ਤੇ ਫਿਰ ਸ਼ਮੀਰ ਫਿਰ ਵੀ ਚੰਗਾ ਰਹਿ ਗਿਆ ਉਹਨੇ ਵਲ ਛਲ ਨਹੀਂ ਕੀਤਾ ਜੀ ਨਹੀਂ ਤਾਂ ਮਹਾਰਾਜ ਨੂੰ ਕਹਿ ਸਕਦਾ ਸੀ ਵੀ ਮਹਾਰਾਜ ਛਕ ਲਿਆ ਪਰ ਸ਼ਮੀਰ ਨੇ ਹੱਥ ਜੋੜ ਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਬੇਨਤੀ ਕੀਤੀ ਹਾਂਜੀ ਜੈ ਤੋ ਕਾ ਮਾਤੁਲ ਹੈ ਤਿੰਨ ਸਭ ਹਟਕਾਰੇ ਮਹਾਰਾਜ ਅਸੀਂ ਤੇ ਪ੍ਰਸ਼ਾਦਾ ਛਕ ਲੈਣਾ ਸੀਗਾ ਜਿਹੜਾ ਸਾਡਾ ਮਾਮਾ ਹੈ ਨਾ ਇੱਕ ਜੈਤੋਂ ਦਾ ਮਹਾਰਾਜ ਉਹਨੇ ਨਹੀਂ ਛਕਣ ਦਿੱਤਾ ਸਾਨੂੰ ਮਹਾਰਾਜ ਉਹਨੇ ਸਾਰਿਆਂ ਨੂੰ ਰੋਕ ਦਿੱਤਾ ਉਹਨੇ ਆਖਿਆ ਜੇ ਤੁਸੀਂ ਇਹ ਪ੍ਰਸ਼ਾਦਾ ਛਕੋਗੇ ਸਦਨ ਵਿਖੇ ਜੇ ਤੁਸੀਂ ਇਹ ਪ੍ਰਸ਼ਾਦਾ ਛਕੋਗੇ ਤੇ ਪੀਰ ਸਾਡੇ ਤੇ ਬੜਾ ਨਾਰਾਜ਼ ਹੋਏਗਾ ਹਾਂਜੀ ਅਜੇ ਕਿ ਪੀਰ ਨੂੰ ਉਹ ਮੰਨਦਾ ਇਹ ਤੇ ਰਾਏ ਜੋਧ ਦੀ ਸੰਤਾਨ ਹੈ ਪਰ ਫਿਰ ਵੀ ਇਹੋ ਜਿਹੇ ਬੰਦੇ ਕਿਸੇ ਦੀ ਵਾਹ ਨਹੀਂ ਜਾਣ ਦਿੰਦੇ ਜੀ ਛੇਤੀ ਜੀ ਕਿਸੇ ਦੀ ਮਹਾਰਾਜ ਸਾਡੇ ਮਾਮੇ ਨੇ ਰੋਕ ਦਿੱਤਾ ਪ੍ਰਸ਼ਾਦ ਛਕਣ ਤੋਂ ਹਾਂਜੀ ਸਦਨ ਵਿਖੇ ਧਨ ਤਾਨ ਗਨ ਜੁਤ ਮਾਲ ਖਪਾਵੇ ਉਹਨੇ ਕਿਹਾ ਘਰ ਵਿੱਚੋਂ ਧਨ ਖੁਸ਼ੀਆਂ ਸਭ ਕੁਝ ਉੱਡ ਜਾਣਗੀਆਂ ਜੇ ਤੁਸੀਂ ਪ੍ਰਸ਼ਾਦ ਛਕੋਗੇ ਮਹਾਰਾਜ ਅਸੀਂ ਤੇ ਡਰਦੇ ਹਾਂ ਪ੍ਰਸ਼ਾਦ ਨਹੀਂ ਛਕਿਆ ਮਹਾਰਾਜ ਸਾਡਾ ਜੀ ਕਰਦਾ ਸੀਗਾ ਸਾਡਾ ਮਾਮਾ ਉਮਰ ਵਿੱਚ ਵੱਡਾ ਸਿਆਣਾ ਹੈ ਅਸੀਂ ਉਹਦੀ ਗੱਲ ਕੱਟ ਨਹੀਂ ਸਕੇ ਸੱਚੇ ਪਾਤਸ਼ਾਹ ਲੇਕਰ ਥਾਰ ਪ੍ਰਸ਼ਾਦ ਕੋ ਵਿੱਚ ਧਰਾ ਦਬਾਇਓ ਤੇ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਕਹਿਣ ਲੱਗੇ ਮਹਾਰਾਜ ਕਹਿੰਦੇ ਫਿਰ ਸ਼ਮੀਰ ਦੱਸ ਪ੍ਰਸ਼ਾਦ ਦਾ ਕੀ ਕੀਤਾ ਤੇ ਸ਼ਮੀਰ ਹੱਥ ਜੋੜ ਕੇ ਕਹਿੰਦਾ ਮਹਾਰਾਜ ਉਹ ਪ੍ਰਸ਼ਾਦ ਅਸੀਂ ਜ਼ਮੀਨ ਵਿੱਚ ਨੱਪ ਦਿੱਤਾ ਮਹਾਰਾਜ ਛਕਿਆ ਨਹੀਂ ਗੁਰੂ ਸਾਹਿਬ ਦਾ ਦਿੱਤਾ ਹੋਇਆ ਪ੍ਰਸ਼ਾਦ ਵੇਖ ਲਓ ਨਾਲ ਦਾ ਬੰਦਾ ਖਰਾਬ ਉਹਨੇ ਛਕਣ ਨਹੀਂ ਦਿੱਤਾ ਜੀ ਹਾਂਜੀ ਬਿਨਾ ਭਨੇ ਜਾਨੋ ਪ੍ਰਭੂ ਮੈਂ ਸੱਚ ਅਲਾਇਓ ਸੱਚੇ ਪਾਤਸ਼ਾਹ ਤੁਸੀਂ ਅੰਤਰ ਜਾਮੀ ਹੋ ਗੱਲ ਨੂੰ ਜਾਣਦੇ ਹੋ ਮੈਂ ਨਾ ਵੀ ਦੱਸਦਾ ਤੁਹਾਨੂੰ ਪਤਾ ਤੇ ਲੱਗ ਹੀ ਜਾਣਾ ਸੀਗਾ ਬਾਕੀ ਮਹਾਰਾਜ ਮੈਂ ਸੱਚ ਸੱਚ ਦੱਸ ਰਿਹਾ ਅਸੀਂ ਉਹ ਪ੍ਰਸ਼ਾਦ ਮਹਾਰਾਜ ਧਰਤੀ ਵਿੱਚ ਨੱਪ ਦਿੱਤਾ ਹਾਂਜੀ ਸੁਣ ਸਤਿਗੁਰ ਬੋਲੇ ਤਬੈ ਧਰਨੀ ਬਰਸਾਈ ਗੱਜ ਕੇ ਆਖੋ ਮਹਾਰਾਜ ਕਹਿੰਦੇ ਸ਼ਮੀਰ ਮਿਹਰ ਤੇ ਹੋਣੀ ਸੀ ਤੁਹਾਡੇ ਤੇ ਬਖਸ਼ਿਸ਼ ਤੇ ਹੋਣੀ ਸੀ ਤੁਹਾਡੇ ਤੇ ਪਰ ਤੁਸੀਂ ਉਹ ਬਖਸ਼ਿਸ਼ ਨਹੀਂ ਲਈ ਉਹ ਬਖਸ਼ਿਸ਼ ਧਰਤੀ ਨੂੰ ਦੇ ਤੀ ਹੁਣ ਇਸ ਧਰਤੀ ਤੇ ਬਖਸ਼ਿਸ਼ ਹੋਏਗੀ ਮਹਾਰਾਜ ਕਹਿੰਦੇ ਪ੍ਰਸ਼ਾਦ ਧਰਤੀ ਚ ਨੱਪਤਾ ਨਾ ਮਹਾਰਾਜ ਕਹਿੰਦੇ ਹੁਣ ਧਰਤੀ ਵਰੋਸਾਈ ਗਈ ਕਹਿਣ ਲੱਗੇ ਹਾਂਜੀ ਤੁਮ ਕੋ ਨਹਿ ਪ੍ਰਾਪਤ ਪਈ ਤਿੰਨ ਮੂੜ ਗਵਾਈ ਮਹਾਰਾਜ ਕਹਿੰਦੇ ਉਸ ਮੂਰਖ ਨੇ ਨਾ ਆਪ ਪ੍ਰਾਪਤ ਕੀਤਾ ਨਾ ਤੁਹਾਨੂੰ ਪ੍ਰਾਪਤ ਕਰਨ ਦਿੱਤਾ ਪਰ ਹੁਣ ਉਹ ਪ੍ਰਸ਼ਾਦ ਧਰਤੀ ਕੋਲ ਚਲੇ ਗਿਆ ਹੁਣ ਧਰਤੀ ਵਰੋਸਾਈ ਗਈ ਹੈ ਕਹਿਣ ਲੱਗੇ ਹਾਂਜੀ ਅਦਮ ਨਾ ਕੀਨੋ ਅੰਨ ਕੋ ਤੁਮ ਬੁਰਾ ਕਮਾਇਓ ਮਹਾਰਾਜ ਕਹਿੰਦੇ ਸ਼ਮੀਰ ਅੰਨ ਦਾ ਅਦਬ ਨਾ ਕਰਨਾ ਬੜੀ ਬੁਰੀ ਗੱਲ ਹੈ
ਗੱਜ ਕੇ ਆਖੋ ਵਾਹਿਗੁਰੂ। ਹੁਣ ਤਾਂ ਕਰਦੇ ਨਹੀਂ ਹੈ ਨਾ, ਬੱਚਿਆਂ ਨੂੰ ਸਿਖਾਈਆਂ ਜਾਂਦੀਆਂ ਨੇ ਇਹ ਗੱਲਾਂ, ਥੋੜ੍ਹਾ ਖਾਂਦੇ ਹੈ ਬਹੁਤਾ ਸੁੱਟਦੇ ਹੈ ਜੀ, ਛੱਕਦੇ ਥੋੜ੍ਹਾ ਅਤੇ ਥਾਲੀ ਵਿੱਚ ਬਹੁਤਾ ਸੁੱਟ ਦਿੰਦੇ ਹੈ। ਪਹਿਲੇ ਸਮੇਂ ਵਿੱਚ ਬਜ਼ੁਰਗ ਬੱਚਿਆਂ ਨੂੰ ਗੱਲ ਸਿਖਾਉਂਦੇ ਹੁੰਦੇ ਸੀ, ਬੱਚਿਓ ਇਹ ਅੰਨ ਹੈ, ਅੰਨ ਨੂੰ ਭਗਵਾਨ ਵੀ ਕਹਿ ਦਿੰਦੇ ਹੁੰਦੇ ਸੀਗੇ, ਕਹਿੰਦੇ ਇਹਦਾ ਸਤਿਕਾਰ ਕਰਨਾ, ਵੇਖਿਓ ਜੂਠਾ ਨਹੀਂ ਛੱਡਣਾ ਜੀ। ਅਤੇ ਛੇਤੀ ਕਿਤੇ ਮਾਈਆਂ ਅੰਨ ਨੂੰ ਕੂੜੇ 'ਤੇ ਸੁੱਟਣ ਨਹੀਂ ਦਿੰਦੀਆਂ, ਹੁਣ ਤਾਂ ਦੇਰ ਤਰ੍ਹਾਂ ਸੁੱਟੀ ਜਾਂਦੇ ਜੀ। ਅੰਨ ਦਾ ਸਤਿਕਾਰ ਚਾਹੀਦਾ, ਅੰਨ ਉਹ ਵੀ ਗੁਰੂ ਸਾਹਿਬ ਦਾ ਪ੍ਰਸ਼ਾਦ ਜੀ, ਪ੍ਰਸ਼ਾਦ ਤਾਂ ਹੋਰ ਪਵਿੱਤਰ ਹੈ। ਮਹਾਰਾਜ ਕਹਿੰਦੇ ਤੁਸੀਂ ਅੰਨ ਦਾ ਸਤਿਕਾਰ ਨਹੀਂ ਕੀਤਾ, ਪ੍ਰਸ਼ਾਦ ਦਾ ਸਤਿਕਾਰ ਨਹੀਂ ਕੀਤਾ, ਇਹ ਕੰਮ ਚੰਗਾ ਨਹੀਂ ਕੀਤਾ, ਇਹ ਬੁਰਾ ਕੀਤਾ ਮਹਾਰਾਜ ਕਹਿੰਦੇ ਤੁਸੀਂ। ਹਾਂਜੀ, ਤਬੈ ਪਰੈ ਦੁਰ ਪਿੱਛ ਬਹੋ ਜੇ ਅਦਬ ਗਵਾਇਓ। ਮਹਾਰਾਜ ਕਹਿੰਦੇ ਸਿੱਖੋ, ਜਿਹੜੇ ਅੰਨ ਦਾ ਸਤਿਕਾਰ ਨਹੀਂ ਕਰਦੇ ਉੱਥੇ ਕਾਲ ਪੈ ਜਾਂਦਾ, ਕਹਿਣ ਲੱਗੇ ਉੱਥੇ ਕਾਲ ਪੈ ਜਾਂਦੇ ਪੈਂਦੇ ਆ। ਜਦੋਂ ਬੰਦਾ ਕਦਰ ਨਹੀਂ ਕਰਦਾ ਫਿਰ ਸਮੇਂ ਨਾਲ ਧਨ ਸਭ ਕੁਝ ਖਤਮ ਹੋ ਜਾਂਦਾ, ਫਿਰ ਬੰਦਾ ਵੇਖਦਾ। ਮਹਾਰਾਜ ਗਰੀਬ ਨਿਵਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਤੁਸੀਂ ਅੰਨ ਦਾ ਸਤਿਕਾਰ ਨਹੀਂ ਕੀਤਾ, ਚੰਗਾ ਨਹੀਂ ਕੀਤਾ, ਕਹਿਣ ਲੱਗੇ। ਹਾਂਜੀ, ਭਦਰ ਸੈਨ ਨਿਰਪ ਪ੍ਰਥਮ ਭਾ ਤਿਨ ਕੀਏ ਅਪਮਾਨਾ। ਮਹਾਰਾਜ ਕਹਿੰਦੇ ਭਦਰ ਸੈਨ ਰਾਜਾ, ਉਹਨੇ ਇਸ ਤਰੀਕੇ ਨਾਲ ਅੰਨ ਦਾ ਅਪਮਾਨ ਕੀਤਾ ਸੀਗਾ, ਅੰਨ ਨੂੰ ਧਰਤੀ 'ਚ ਨੱਪ ਦਿੱਤਾ ਸੀਗਾ। ਹਾਂਜੀ, ਉੱਜੜ ਗਇਓ ਇਹ ਦੇਸ਼ ਸਭ ਜੰਗਲ ਅਬਜਾਨਾ। ਮਹਾਰਾਜ ਕਹਿੰਦੇ ਉਦੋਂ ਫਿਰ ਇਹ ਦੇਸ਼ ਉੱਜੜ ਗਿਆ ਸੀਗਾ, ਜੰਗਲ ਬਣ ਗਿਆ। ਕਿਉਂ? ਜਿੱਥੇ ਅੰਨ ਦੀ ਨਰਾਦਰੀ ਹੋਵੇ ਉੱਥੇ ਰੱਬ ਨਹੀਂ ਖੁਸ਼ ਹੁੰਦਾ। ਗੱਜ ਕੇ ਆਖੋ ਵਾਹਿਗੁਰੂ। ਸਾਧ ਸੰਗਤ ਜੀ, ਇਹ ਜਿਹੜਾ ਅੰਨ ਹੈ ਵਾਹਿਗੁਰੂ ਨੇ ਬੜੀ ਵੱਡੀ ਦਾਤ ਦਿੱਤੀ ਹੈ। ਮਾਫ਼ ਕਰਿਓ, ਅੱਜ ਦਿਨ ਰਾਤ ਭੱਜੇ ਫਿਰਦੇ ਹਾਂ ਸੜਕਾਂ 'ਤੇ, ਕੋਈ ਇੱਧਰ ਜਾ ਰਿਹਾ, ਕੋਈ ਇੱਧਰ ਜਾ ਰਿਹਾ, ਅੰਨ ਦੀ ਖਾਤਰ ਹੀ ਤਾਂ ਸਾਰੇ ਜਾ ਰਹੇ ਹੈ, ਪ੍ਰਸ਼ਾਦੇ ਦੀ ਖਾਤਰ ਹੀ ਜਾ ਰਹੇ ਹੈ ਨਾ, ਅਤੇ ਅੰਨ ਦੀ ਬੇਅਦ ਵੀ ਕਰਨੀ ਇਹ ਗੱਲ ਚੰਗੀ ਨਹੀਂ। ਆਪਣੇ ਬੱਚਿਆਂ ਨੂੰ ਵੀ ਗੱਲ ਦੱਸਿਆ ਕਰੋ ਨਾ ਭਾਈ, ਅੰਨ ਕਦੀ ਵੀ ਕੂੜੇ 'ਚ ਨਹੀਂ ਸੁੱਟਣਾ ਜੀ, ਇਹਦਾ ਸਤਿਕਾਰ ਕਰਨਾ ਹੈ। ਹਾਂਜੀ, ਅਵਨੀ ਜੰਗਲ ਦੇਸ਼ ਕੀ ਬਹੁ ਅੰਨ ਉਪਾਵੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਰ ਹੁਣ ਤੁਹਾਡੀ ਕੁੱਲ ਵਿੱਚ ਤਾਂ ਮਹਾਰਾਜ ਕਹਿੰਦੇ ਹੁਣ ਤੁਸੀਂ ਖੁਸ਼ੀ ਨਹੀਂ ਲਈ, ਪਰ ਇੱਕ ਗੱਲ ਚੇਤਾ ਰੱਖੋ, ਜਿਸ ਧਰਤੀ ਵਿੱਚ ਪ੍ਰਸ਼ਾਦ ਨੱਪਿਆ ਨਾ, ਧਰਤੀ ਭਾਗਾਂ ਵਾਲੀ ਹੋ ਗਈ, ਹੁਣ ਬਹੁਤਾ ਅੰਨ ਪੈਦਾ ਕਰਿਆ ਕਰੇਗੀ, ਕਹਿਣ ਲੱਗੇ। ਕਿਉਂ? ਗੁਰੂ ਸਾਹਿਬ ਨੇ ਬਚਨ ਹੀ ਕਰਨਾ ਹੈ। ਹਾਂਜੀ, ਅਤੇ ਮਹਾਰਾਜ ਕਹਿੰਦੇ ਅੰਨ ਦਾ ਸਤਿਕਾਰ ਤੁਸੀਂ ਨਹੀਂ ਕੀਤਾ, ਪਰ ਸਾਡਾ ਪ੍ਰਸ਼ਾਦ ਧਰਤੀ ਨੇ ਆਪਣੇ ਕੋਲ ਸਾਂਭ ਲਿਆ, ਅਤੇ ਮਹਾਰਾਜ ਕਹਿਣ ਲੱਗੇ ਹੁਣ ਧਰਤੀ ਬਹੁਤਾ ਅੰਨ ਪੈਦਾ ਕਰਿਆ ਕਰੇਗੀ। ਹਾਂਜੀ, ਅਬ ਤੇ ਦੁਗਣੇ ਚੌਗਣੇ ਅੱਠ ਗੁਣੇ ਜਮਾਵੈ। ਗੱਜ ਕੇ ਆਖੋ ਵਾਹਿਗੁਰੂ। ਗੱਲ ਤਾਂ ਬਖਸ਼ਿਸ਼ ਕਰਨ ਦੀ ਹੈ ਜੀ, ਮਹਾਰਾਜ ਬਖਸ਼ਿਸ਼ ਦੇ ਘਰ ਵਿੱਚ ਆ ਗਏ। ਮਹਾਰਾਜ ਕਹਿੰਦੇ ਸੁਣੋ, ਫਿਰ ਤੁਸੀਂ ਪ੍ਰਸ਼ਾਦ ਨੱਪ ਦਿੱਤਾ ਧਰਤੀ ਵਿੱਚ, ਅਤੇ ਅੱਜ ਤੋਂ ਬਾਅਦ ਦੂਣਾ ਅੰਨ ਪੈਦਾ ਕਰੇਗੀ ਧਰਤੀ। ਮਹਾਰਾਜ ਹੋਰ ਖੁਸ਼ ਹੋਏ, ਮਹਾਰਾਜ ਕਹਿੰਦੇ ਦੂਣਾ ਨਹੀਂ ਚੌਣਾ, ਅਤੇ ਸੱਚੇ ਪਾਤਸ਼ਾਹ ਹੋਰ ਖੁਸ਼ ਹੋ ਗਏ। ਮਹਾਰਾਜ ਕਹਿੰਦੇ ਚੌਣਾ ਵੀ ਨਹੀਂ, ਅੱਠ ਗੁਣਾ ਅੰਨ ਪੈਦਾ ਕਰੇਗੀ। ਗੱਜ ਕੇ ਆਖੋ ਵਾਹਿਗੁਰੂ। ਅੱਠ ਗੁਣਾ ਅੰਨ ਹੁਣ ਇਹ ਧਰਤੀ ਪੈਦਾ ਕਰਿਆ ਕਰੇਗੀ, ਕਹਿਣ ਲੱਗੇ। ਹਾਂਜੀ, ਹੋਏ ਹਮਾਰਾ ਮਾਲਵਾ ਜਿਤ ਕਿਤ ਬਿਦਤਾਵੈ। ਤੇ ਮਹਾਰਾਜ ਕਹਿੰਦੇ ਸਾਡਾ ਮਾਲਵਾ ਪ੍ਰਸਿੱਧ ਹੋਇਆ ਕਰੇਗਾ। ਕਿਉਂ? ਦਸਵੇਂ ਪਾਤਸ਼ਾਹ ਮਾਲ ਵਿੱਚ ਬੈਠੇ ਹੈ ਨਾ। ਮਹਾਰਾਜ ਕਹਿੰਦੇ ਸਾਡਾ ਮਾਲਵਾ ਪ੍ਰਸਿੱਧ ਹੋਇਆ ਕਰੇਗਾ। ਹੁਣ ਵੀ ਮਾਲ ਵਿੱਚ ਬੜੀ ਸਿੱਖੀ ਹੈ ਸਾਧ ਸੰਗਤ ਜੀ। ਹਾਂਜੀ, ਉਪਜੈ ਸਿੰਘ ਸਰਹੰਸ ਹੀ ਮਲਵਈ ਕਹਾਵੈ। ਤੇ ਹਜ਼ਾਰਾਂ ਬੇਅੰਤ ਸਿੰਘ ਮਾਲਵੇ ਦੇ ਵਿੱਚ ਪੈਦਾ ਹੋਣਗੇ, ਅਤੇ ਸਾਡੇ ਮਾਲਵੇ ਦੇ ਸਿੰਘਾਂ ਨੂੰ ਲੋਕ ਮਲਵਈ ਸਿੰਘ ਕਿਹਾ ਕਰਨਗੇ, ਕਹਿਣ ਲੱਗੇ। ਮਹਾਰਾਜ ਨੇ ਪਹਿਲਾਂ ਬਚਨ ਕਰ ਦਿੱਤਾ, ਸੁਣੀਐ ਸਿੱਖ ਸ਼ਮੀਰ ਭਉ ਚਾਹਤ ਹਮ ਦੀਨੋ। ਮਹਾਰਾਜ ਕਹਿੰਦੇ ਸ਼ਮੀਰ ਤੈਨੂੰ ਅਸੀਂ ਦੇਣਾ ਚਾਹੁੰਦੇ ਸਾਂ, ਤੈਨੂੰ ਬਾਰ ਬਾਰ ਕੁਝ ਦੇਣਾ ਚਾਹੁੰਦੇ ਸਾਂ। ਹਾਂਜੀ, ਪ੍ਰਥਮ ਰਾਜ ਤੇ ਸ਼ੂਸ਼ਰ ਹੈ ਅਬ ਸ਼ੇਮ ਨਾ ਲੀਨੋ। ਪਹਿਲਾਂ ਤੈਨੂੰ ਰਾਜ ਭਾਗ ਦੇਣਾ ਚਾਹਿਆ, ਤੇਰਾ ਮਾਮਾ ਮਹਾਰਾਜ ਕਹਿੰਦੇ ਵਿੱਚ ਰੋੜਾ ਬਣ ਗਿਆ, ਫਿਰ ਤੁਸੀਂ ਪ੍ਰਸ਼ਾਦ ਲੈ ਗਏ,
ਤੇ ਮਹਾਰਾਜ ਕਹਿੰਦੇ ਉਹ ਵੀ ਨਹੀਂ ਤੁਸੀਂ ਛਕਿਆ, ਦੋ ਵਾਰ ਤੈਨੂੰ ਕੁਝ ਦੇਣ ਦਾ ਯਤਨ ਕੀਤਾ, ਮਹਾਰਾਜ ਕਹਿੰਦੇ ਤੂੰ ਦੋਵੇਂ ਵਾਰ ਖਾਲੀ ਰਹਿ ਗਿਆ। ਜੋ ਲੈਬੇ ਨਹਿ ਦੇਤ ਹੈ ਸੋ ਰੋਗ ਭੁਗੈ ਹੈ, ਗੱਜ ਕੇ ਆਖੋ। ਤੇ ਸਾਧ ਸੰਗਤ ਜੀ, ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਫਿਰ ਵੀਰ ਰਸ ਵਿੱਚ ਆਏ। ਮਹਾਰਾਜ ਕਹਿਣ ਲੱਗੇ ਜਿਹੜਾ ਆ ਮਾਮਾ ਤੁਹਾਨੂੰ ਵਾਰ ਵਾਰ ਦਾਤ ਲੈਣ ਨਹੀਂ ਨਾ ਦਿੰਦਾ ਗੁਰੂ ਘਰ ਦੀ, ਮਹਾਰਾਜ ਕਹਿੰਦੇ ਹੁਣ ਚੇਤਾ ਰੱਖੋ ਇਹ ਜਿਹੜਾ ਲੈਣ ਨਹੀਂ ਦਿੰਦਾ ਕੋੜ ਦਾ ਰੋਗ ਲਏਗਾ। ਕਹਿਣ ਲੱਗੇ ਤੁਹਾਨੂੰ ਦਾਤ ਨਹੀਂ ਲੈਣ ਦਿੰਦਾ। ਮਹਾਰਾਜ ਵਾਰ ਵਾਰ ਦੇਣਾ ਚਾਹੁੰਦੇ, ਵਾਰ ਵਾਰ ਉਹਨਾਂ ਦੇ ਹੱਥੋਂ ਖੋਹ ਲੈਂਦਾ ਹੈ ਜੀ। ਚਤੁਰਾਈ ਸਿਆਣਪ ਕੰਮ ਨਹੀਂ ਆਉਂਦੀ ਪਿਆਰੇ, ਉਹ ਗੁਰੂ ਨੇ ਤੇ ਰਸਨਾ ਤੋਂ ਬਚਨ ਹੀ ਕਰਨਾ ਹੈ ਜੀ, ਤੇ ਜੋ ਕਹਿਤਾ ਉਹ ਹੋ ਜਾਣਾ। ਮਹਾਰਾਜ ਕਹਿੰਦੇ ਮਾਮਾ ਖੋਟੀ ਮਤ ਵਾਲਾ ਰੋਗ ਪਾਏਗਾ। ਹਾਂਜੀ, ਆਪ ਕੁਸ਼ਟ ਕੋ ਕਸ਼ਟ ਲਹਿ ਪੁਨ ਬੰਸ ਲੱਗੇ ਹੈ। ਮਹਾਰਾਜ ਕਹਿੰਦੇ ਤੁਹਾਡੀ ਵੰਸ਼ ਵਧਣ ਨਹੀਂ ਦੇਣਾ ਚਾਹੁੰਦਾ, ਮਾਮਾ ਬਣਿਆ ਮੂੰਹ ਦਾ ਮਿੱਠਾ ਹੈ, ਤੁਹਾਡੀ ਵੰਸ਼ ਵਧਣ ਨਹੀਂ ਦੇਣਾ ਚਾਹੁੰਦਾ। ਮਹਾਰਾਜ ਕਹਿੰਦੇ ਹੁਣ ਇੱਕ ਗੱਲ ਚੇਤਾ ਰੱਖੋ, ਆਪ ਤੇ ਕੋੜ ਪਾਏਗਾ ਹੀ, ਇਹਦੀ ਵੰਸ਼ ਵਿੱਚ ਵੀ ਇੱਕ ਜਣੇ ਨੂੰ ਹਮੇਸ਼ਾ ਕੋੜ ਰਿਹਾ ਕਰੇਗਾ। ਕਹਿਣ ਲੱਗੇ ਗੱਜ ਕੇ ਆਖੋ ਵਾਹਿਗੁਰੂ। ਵੇਖ ਲਓ ਜੇ ਉਹ ਇਹੋ ਜਿਹੀਆਂ ਸ਼ਰਾਰਤਾਂ ਨਾ ਕਰਦਾ ਤੇ ਮਹਾਰਾਜ ਕੋਲ ਖੁਸ਼ੀਆਂ ਲੈਣੀਆਂ ਸੀ। ਦਾਸ ਕਈ ਵਾਰੀ ਸੋਚਦਾ ਹੈ ਵੀ ਕਮਾਲ ਦੀ ਗੱਲ ਹੈ, ਇੰਨੇ ਵੱਡੇ ਗੁਰੂ ਜੀ, ਇੰਨੇ ਸਮਰੱਥ ਗੁਰੂ, ਹਮੇਸ਼ਾ ਰਹਿਮਤਾਂ ਅਤੇ ਬਖਸ਼ਿਸ਼ਾਂ ਕਰਨ ਵਾਲੇ, ਅਤੇ ਕਈ ਵਾਰੀ ਮਹਾਰਾਜ ਕਿੰਨੇ ਕਿੰਨੇ ਸਖਤ ਬਚਨ ਕਰਨ ਨੂੰ ਮਜਬੂਰ ਹੋ ਜਾਂਦੇ ਹੈ ਜੀ। ਮਹਾਰਾਜ ਨੂੰ ਕਿੰਨੇ ਕਿੰਨੇ ਸਖਤ ਬਚਨ ਕਰਨੇ ਪਏ, ਕਿਉਂ ਇਹ ਬੰਦੇ ਕਰਦੇ ਹੀ ਇਹੋ ਜਿਹੀ ਖਰਾਬੀ ਹੈ ਜੀ। ਹਾਂਜੀ, ਕਵੀ ਕਹਿ ਕਵੀ ਹਮਨੇ ਸੋ ਸੁਣਿਓ ਅਬ ਲੋ ਬੜ ਰੋਗੂ। ਭਾਈ ਸਾਹਿਬ, ਭਾਈ ਸੰਤੋਖ ਸਿੰਘ ਜੀ ਕਵੀ ਰਾਜ, ਉਹ ਲਿਖਦੇ ਕਹਿੰਦੇ ਸੰਗਤ ਜੀ, ਮੈਂ ਹੁਣ ਤੱਕ ਸੁਣਿਆ ਉਹ ਮਾਮੇ ਦੇ ਖਾਨਦਾਨ 'ਚ ਅਜੇ ਤੱਕ ਰੋਗ ਤੁਰਿਆ ਫਿਰਦਾ ਹੈ। ਕਹਿਣ ਲੱਗੇ ਉਹਨੇ ਆਪਣੇ ਭਾਂਜਿਆਂ ਦਾ ਭਲਾ ਨਹੀਂ ਹੋਣ ਦਿੱਤਾ ਜੀ। ਮਹਾਰਾਜ ਦਾਤ ਦਿੰਦੇ ਸਨ, ਉਹ ਦਾਤ ਉਹਨਾਂ ਕੋਲੋਂ ਖੋਹ ਲੈਂਦਾ ਸੀ, ਉਹ ਅੱਜ ਤੱਕ ਉਹਨਾਂ ਦੇ ਕੁੱਲ 'ਚ ਉੱਥੇ ਰੋਗ ਤੁਰਿਆ ਫਿਰਦਾ। ਕਹਿਣ ਲੱਗੇ ਹਾਂਜੀ, ਚੱਲਿਓ ਆਏ ਤਿਸ ਬੰਸ਼ ਮਹਿ ਭੋਗੈ ਦੁੱਖ ਭੋਗੂ। ਅੱਜ ਤੱਕ ਵੱਡਾ ਦੁੱਖ ਭੋਗਣ ਦੇ ਪਿਆਰਿਓ, ਜਿੱਥੇ ਗੁਰੂ ਸਾਹਿਬ ਨੇ ਬਖਸ਼ਿਸ਼ਾਂ ਕੀਤੀਆਂ ਅੱਜ ਤੱਕ ਉਹ ਕੁੱਲਾਂ ਸੁੱਖ ਭੋਗ ਰਹੀਆਂ ਹੈ ਜੀ, ਅਤੇ ਜਿੱਥੇ ਇਹੋ ਜਿਹਾ ਕੋਈ ਖਰਾਬੀ ਕਰਨ ਵਾਲਾ ਹੈ ਉੱਥੇ ਫਿਰ ਇਹੋ ਜਿਹੇ ਦੁੱਖ ਵੀ ਭੋਗਣ ਦੇ ਹੈ ਜੀ। ਉਹ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਬੈਠੇ ਨਾ ਜੀ, ਅਤੇ ਸਰਹਾਲੀ ਸਾਹਿਬ ਦੇ ਲਾਗੇ ਮਹਾਰਾਜ ਬੈਠੇ, ਅਤੇ ਸੱਚੇ ਪਾਤਸ਼ਾਹ ਪਿੰਡ ਵਾਲਿਆਂ ਨੂੰ ਪੁੱਛਦੇ ਵੀ ਤੁਹਾਡੇ ਪਿੰਡ ਦਾ ਕੀ ਨਾਮ ਹੈ। ਇੱਕ ਨੇ ਕਿਹਾ ਜੀ ਪਿੰਡ ਦਾ ਨਾਮ ਭੈਣੀ, ਅਤੇ ਸੱਚੇ ਪਾਤਸ਼ਾਹ ਨੂੰ ਮਾਈ ਨੇ ਚੋਲਾ ਬਣਾ ਕੇ ਛਕਾਇਆ ਸੀ। ਮਹਾਰਾਜ ਕਹਿੰਦੇ ਇਹੋ ਨਾਨਕ ਕਿਨੋ ਚੋਲਾ, ਅੱਜ ਤੋਂ ਬਾਅਦ ਇਸ ਪਿੰਡ ਦਾ ਨਾਮ ਚੋਲਾ। ਸਾਰੇ ਕਹਿੰਦੇ ਜੀ ਸਤਿ ਬਚਨ। ਉਹ ਇੱਕ ਬੰਦਾ ਬਹੁਤਾ ਸਿਆਣਾ ਬਣਿਆ, ਉੱਚੀ ਨਾ ਮਹਾਰਾਜ ਨੂੰ ਖਲੋ ਕੇ ਕਹਿੰਦਾ ਜੀ ਚੋਲਾ ਕਿਵੇਂ ਹੋ ਗਿਆ, ਪਿੰਡ ਦਾ ਨਾਮ ਭੈਣੀ ਹੈ। ਮਹਾਰਾਜ ਕਹਿੰਦੇ ਨਹੀਂ, ਇਹ ਨਾਨਕ ਕਿਨੋ ਚੋਲਾ, ਇਹ ਚੋਲਾ ਹੈ। ਕਹਿਣ ਲੱਗਾ ਜੀ ਨਹੀਂ, ਪਿੰਡ ਦਾ ਨਾਮ ਭੈਣੀ ਹੈ। ਮਹਾਰਾਜ ਕਹਿੰਦੇ ਤੈਨੂੰ ਆਖਿਆ ਨਾ ਹੁਣ ਪਿੰਡ ਦਾ ਨਾਮ ਚੋਲਾ ਹੋ ਗਿਆ। ਕਹਿਣ ਲੱਗਾ ਜੀ ਨਹੀਂ, ਪਿੰਡ ਦਾ ਨਾਮ ਭੈਣੀ ਹੈ। ਜਦੋਂ ਤੀਜੀ ਵਾਰੀ ਉਹਨੇ ਬਚਨ ਮਹਾਰਾਜ ਦਾ ਬਦਲਿਆ ਨਾ, ਮਹਾਰਾਜ ਕਹਿੰਦੇ ਕਮਲਿਆ ਪਿੰਡ ਦਾ ਨਾਮ ਚੋਲਾ ਹੈ। ਉਹ ਬਸ ਗੁਰੂ ਅਰਜਨ ਦੇਵ ਜੀ ਨੇ ਆਖਿਆ ਕਮਲਿਆ, ਅਤੇ ਉਸ ਵੇਲੇ ਕਮਲ ਹੋ ਗਿਆ ਜੀ ਉਹਨਾਂ ਜੀ। ਆਪਣੇ ਕੱਪੜੇ ਫਾੜ ਕੇ ਤੁਰਿਆ ਫਿਰੇ ਪਿੰਡ ਵਿੱਚ, ਅਤੇ ਸਿੱਖ ਕਹਿੰਦੇ ਮਹਾਰਾਜ ਹੁਣ ਇਹਦਾ ਭਲਾ ਕਰੋ। ਮਹਾਰਾਜ ਕਹਿੰਦੇ ਸਿੱਖੋ ਅਸੀਂ ਨਹੀਂ ਬੋਲ ਰਹੇ ਹੁੰਦੇ, ਬਾਣੀ ਧੁਰੋਂ ਆਉਂਦੀ, ਧੁਰ ਕੀ ਬਾਣੀ ਆਈ। ਮਹਾਰਾਜ ਕਹਿੰਦੇ ਇਹਦੇ ਵਿੱਚ ਛੇੜਖਾਨੀ ਮਨਜ਼ੂਰ ਨਹੀਂ ਹੈਗੀ ਪਰਮੇਸ਼ਰ ਨੂੰ। ਮਹਾਰਾਜ ਹੁਣ ਇਹਦਾ ਕੀ ਬਣੇਗਾ। ਮਹਾਰਾਜ ਕਹਿੰਦੇ ਕਦੀ ਠੀਕ ਹੋ ਜਾ ਕਰੇਗਾ, ਕਦੀ ਕਮਲਾ ਹੋ ਜਾ ਕਰੇਗਾ, ਅਤੇ ਇਹਦੀ ਕੁੱਲ ਵਿੱਚ ਇਹ ਕੰਮ ਰਹਿਣਾ। ਮਹਾਰਾਜ ਕਹਿੰਦੇ ਕਿਉਂ, ਜਿੰਨਾ ਚਿਰ ਤੱਕ ਚੋਲਾ ਰਹੇਗਾ ਓਨਾ ਚਿਰ ਤੱਕ ਇਹ ਕਮਲਾ ਰਹੇਗਾ ਇਹਦੀ ਕੁੱਲ 'ਚ। ਅੱਜ ਵੀ ਚੋਲਾ ਸਾਹਿਬ ਦੇ ਬਾਜ਼ਾਰ ਵਿੱਚ ਕੋਈ ਇੱਕ ਅੱਧਾ ਕਮਲਾ ਤੁਹਾਨੂੰ ਮਿਲਣ ਨੂੰ ਵੇਖਣ ਨੂੰ ਮਿਲ ਜਾਏਗਾ, ਅਤੇ ਉਸੇ ਬੰਦੇ ਦੇ ਪਰਿਵਾਰ ਵਿੱਚੋਂ ਹੈ ਜਿਹਨੇ ਸਾਧ ਸੰਗਤ ਜੀ ਗੁਰੂ ਅਰਜਨ ਦੇਵ ਜੀ ਦਾ ਬਚਨ ਵਾਰ ਵਾਰ ਠੁਕਰਾਇਆ ਜੀ। ਮਹਾਰਾਜ ਜੋ ਕਹਿ ਦੇਣ ਨਾ ਉਸ ਵੇਲੇ ਸਤਿ ਬਚਨ ਕਰ ਦੇਣਾ ਚਾਹੀਦਾ।
ਉਹ ਚੋਲੇ ਪਿੰਡ ਦਾ ਮਾਮਲਾ ਦੇਣ ਵਾਸਤੇ ਜਦੋਂ ਅੱਗੇ ਗਏ, ਜਹਾਂਗੀਰ ਬਾਦਸ਼ਾਹ ਦੇ ਦਰਬਾਰ ਵਿੱਚ ਵਹੀ ਖਾਤਾ ਕੱਢਿਆ। ਉਹ ਬੰਦੇ ਹਰ ਵਾਰ ਜਿਹੜੇ ਜਾਂਦੇ ਸੀ ਉਹ ਟੈਕਸ ਉਤਾਰਨ ਗਏ। ਉਹ ਕਹਿੰਦੇ ਤੁਸੀਂ ਭੈਣੀ ਵਾਲੇ ਹੋ ਨਾ? ਉਹ ਕਹਿੰਦੇ ਭੈਣੀ ਵਾਲੇ ਨਹੀਂ, ਹੁਣ ਅਸੀਂ ਚੋਲੇ ਵਾਲੇ ਹਾਂ। ਉਹ ਕਹਿੰਦਾ ਤੁਹਾਡਾ ਪਿੰਡ ਦਾ ਨਾਮ ਕਿਹਨੇ ਬਦਲਿਆ? ਬਾਦਸ਼ਾਹ ਨੇ ਤਾਂ ਬਦਲਿਆ ਨਹੀਂ। ਅਤੇ ਗੁਰੂ ਕੇ ਸਿੱਖ ਕਹਿੰਦੇ ਸਾਡੇ ਪਿੰਡ ਦਾ ਨਾਮ ਸਾਡੀ ਸੱਚੀ ਸਰਕਾਰ ਨੇ ਬਦਲ ਦਿੱਤਾ ਹੈ ਜੀ। ਕਹਿੰਦੇ ਉਹ ਕੌਣ? ਕਹਿੰਦੇ ਜੀ ਗੁਰੂ ਅਰਜਨ ਦੇਵ ਸਾਹਿਬ। ਉਹਨਾਂ ਦੇ ਰਜਿਸਟਰ ਜੀ, ਉਹਨਾਂ ਦੇ ਖਾਤੇ, ਅਤੇ ਉਹੋ ਹੀ ਬੰਦੇ ਸਾਧ ਸੰਗਤ ਜੀ ਜਦੋਂ ਆਪਣੇ ਖਾਤੇ ਵੇਖਦੇ ਨਾ ਜੀ, ਭੈਣੀ ਨਾਮ ਦਾ ਪਿੰਡ ਹੀ ਕੋਈ ਨਹੀਂ ਸੀ ਹੈਗਾ। ਜਿੱਥੇ ਭੈਣੀ ਲਿਖਣਾ ਲਿਖਿਆ ਹੁੰਦਾ ਸੀ ਉੱਥੇ ਚੋਲਾ ਲਿਖਿਆ ਹੋਇਆ ਸੀਗਾ ਜੀ। ਮਹਾਰਾਜ ਨੇ ਕਿਹਾ, ਮਹਾਰਾਜ ਕਹਿੰਦੇ ਇੱਥੇ ਥੋੜ੍ਹੀ ਭੈਣੀ ਬਦਲਿਆ, ਚੋਲਾ ਕੀਤਾ। ਗੁਰੂ ਅਰਜਨ ਸਾਹਿਬ ਕਹਿੰਦੇ ਅਸੀਂ ਦਰਗਾਹ ਵਿੱਚ ਵੀ ਚੋਲਾ ਹੀ ਕਰ ਦਿੱਤਾ। ਕਹਿਣ ਲੱਗੇ ਜਹਾਂਗੀਰ ਨੂੰ ਪਤਾ ਲੱਗਾ, ਜਹਾਂਗੀਰ ਜਿੱਥੇ ਬੈਠਾ ਸੀ ਨਾ ਉੱਥੇ ਹੀ ਗੁਰੂ ਅਰਜਨ ਦੇਵ ਸਾਹਿਬ ਵੱਲ ਮੁੱਖ ਕਰਕੇ ਮੱਥਾ ਟੇਕ ਕੇ ਕਹਿਣ ਲੱਗਾ, ਅੱਜ ਤੋਂ ਬਾਅਦ ਇਸ ਪਿੰਡ ਦਾ ਮਾਮਲਾ ਵੀ ਨਹੀਂ ਲੈਣਾ। ਕਹਿਣ ਲੱਗੇ ਐਡੀ ਵੱਡੀ ਸ਼ਕਤੀ। ਅਤੇ ਉਹ ਬੰਦਾ ਜਿਹਨੇ ਮਹਾਰਾਜ ਦਾ ਬਚਨ ਪਲਟਾਇਆ ਨਾ ਜੀ, ਉਹ ਅੱਜ ਤੱਕ ਕਮਲਾ ਹੀ ਬਣਿਆ ਫਿਰਦਾ ਹੈ ਜੀ। ਇਸ ਕਰਕੇ ਸਾਧ ਸੰਗਤ, ਜਦੋਂ ਗੁਰਮੁਖ ਮਹਾਂਪੁਰਖ ਕੋਈ ਬਚਨ ਕਰਨ ਨਾ, ਸਤ ਬਚਨ ਕਰਨਾ ਚਾਹੀਦਾ ਹੈ, ਆਪਣੀ ਨਹੀਂ ਬੁੱਧੀ ਚਲਾਉਣੀ ਚਾਹੀਦੀ। ਕਈ ਬੰਦੇ ਫਿਰ ਆਪਣੀਆਂ ਗੱਲਾਂ ਕਰਕੇ ਬੜੀ ਪਿੱਛੇ ਪੈ ਜਾਂਦੇ ਆ, ਇੰਨੀ ਪਿੱਛੇ ਪੈਂਦੇ ਆ, ਮੁੜ ਵਾਪਸ ਨਾਲ ਲੜਨਾ ਔਖਾ ਹੋ ਜਾਂਦਾ ਜੀ ਉਹਨਾਂ ਦਾ ਜੀ। ਦਸਵੇਂ ਪਾਤਸ਼ਾਹ ਮਹਾਰਾਜ ਗਰੀਬ ਨਿਵਾਜ ਕਹਿਣ ਲੱਗੇ, ਉਹ ਤੁਹਾਨੂੰ ਦਾਤ ਨਹੀਂ ਲੈਣ ਦੇ ਰਿਹਾ, ਕੋੜੀ ਹੋਏਗਾ ਉਹਦਾ ਸਾਰਾ ਪਰਿਵਾਰ। ਵਾਹਿਗੁਰੂ, ਉਹਦੇ ਪਰਿਵਾਰ ਵਿੱਚ ਹੁਣ ਵੀ ਇੱਕ ਬੰਦਾ ਦੁੱਖ ਭੋਗਦਾ ਹੈ ਜੀ। ਹਾਂਜੀ। ਸਤਿਗੁਰ ਅਧਿਕ ਪ੍ਰਸੰਨ ਹੋਇ ਭਿਖ ਸੇਵ ਬਿਸਾਲਾ। ਤੇ ਮਹਾਰਾਜ ਸ਼ਮੀਰ ਨੂੰ ਕਹਿਣ ਲੱਗੇ, ਮਹਾਰਾਜ ਕਹਿੰਦੇ ਸ਼ਮੀਰ ਅਸੀਂ ਤੇਰੀ ਸੇਵਾ 'ਤੇ ਖੁਸ਼ ਹੀ ਹਾਂ, ਤੂੰ ਸਾਡੀ ਸੇਵਾ ਬੜੀ ਕੀਤੀ ਹੈ, ਅਸੀਂ ਤੇਰੀ ਸੇਵਾ 'ਤੇ ਖੁਸ਼ ਹੀ ਹਾਂ। ਹਾਂਜੀ। ਇਹ ਨਾ ਲੇਤ ਹਮ ਦੇਤ ਹੈ ਇਮ ਚਿਤੈ ਕਿਰਪਾਲਾ। ਤੇ ਮਹਾਰਾਜ ਗਰੀਬ ਨਿਵਾਜ ਫਿਰ ਵੀ ਸੋਚਦੇ ਆ, ਮਹਾਰਾਜ ਕਹਿੰਦੇ ਅਸੀਂ ਦਾਤ ਦੇਣੀ ਚਾਹੁੰਦੇ ਹਾਂ ਅਤੇ ਇਹਨਾਂ ਦਾ ਮਾਮਾ ਲੈਣ ਨਹੀਂ ਦੇ ਰਿਹਾ ਦਾਤ। ਹਾਂਜੀ। ਇੱਕ ਦਿਨ ਬਹੁਰ ਸ਼ਮੀਰ ਕੋ ਕਰੁਣਾ ਕਰ ਬੋਲੇ। ਪਰ ਜਦੋਂ ਮਹਾਰਾਜ ਫੁਰਨਾ ਬਣਾ ਲੈਣ ਵੀ ਸਿੱਖ ਨੂੰ ਦਾਤ ਦੇਣੀ ਹੈ, ਗੱਜ ਕੇ ਆਖੋ ਵਾਹਿਗੁਰੂ, ਅਰਦਾਸ ਕਰੋ ਵੀ ਮਹਾਰਾਜ ਸਾਡੇ 'ਤੇ ਵੀ ਫੁਰਨਾ ਬਣਾਓ ਇਹ ਵਾਲਾ। ਹਾਂਜੀ, ਅਸੀਂ ਤਾਂ ਦਿਨ ਰਾਤ ਮੰਗਣ ਦੇ ਹਾਂ। ਮਹਾਰਾਜ ਨੇ ਫੁਰਨਾ ਬਣਾ ਲਿਆ ਵੀ ਸ਼ਮੀਰ ਨੂੰ ਦਾਤ ਦੇਣੀ ਹੈ, ਸ਼ਮੀਰ ਸਾਡੀ ਬੜੀ ਸੇਵਾ ਕਰਦਾ। ਸੱਚੇ ਪਾਤਸ਼ਾਹ ਇੱਕ ਦਿਨ ਫਿਰ ਸ਼ਮੀਰ ਨੂੰ ਕਹਿਣ ਲੱਗੇ, ਹਾਂਜੀ, ਹੋਏ ਚਿੱਤ ਮਹਿ ਜੋ ਕਾਮਨਾ ਹਮ ਤੇ ਅਬ ਸੋ ਲੇ। ਅੱਗੇ ਤੇ ਮਹਾਰਾਜ ਆਪਣੇ ਵੱਲੋਂ ਦਿੰਦੇ ਸੀ ਨਾ, ਹੁਣ ਮਹਾਰਾਜ ਸ਼ਮੀਰ ਨੂੰ ਕਹਿਣ ਲੱਗੇ, ਸ਼ਮੀਰ ਅਸੀਂ ਤੇਰੇ 'ਤੇ ਖੁਸ਼ ਬਣੇ ਹਾਂ, ਜੋ ਜੀ ਕਰਦਾ ਮੰਗ ਲਾ। ਮਹਾਰਾਜ ਕਹਿਣ ਲੱਗੇ, ਜੋ ਤੇਰਾ ਜੀ ਕਰਦਾ ਉਹ ਮੰਗ ਲੈ ਗੁਰਮੁਖੋ, ਇਹ ਮੌਕਾ ਸਾਰਿਆਂ ਨੂੰ ਨਹੀਂ ਜੇ ਮਿਲਦਾ। ਰਹਿਮਤਾਂ ਦੇ ਸਾਈਂ ਗੁਰੂ ਗੋਬਿੰਦ ਸਿੰਘ ਸਾਹਿਬ ਘਰ ਆਏ ਹੋਣ ਅਤੇ ਆਪਣੇ ਮੁੱਖੋਂ ਸਿੱਖ ਨੂੰ ਕਹਿ ਰਹੇ ਹੋਣ, ਸਿੱਖਾਂ ਮੰਗ ਕੀ ਮੰਗਣਾ ਹੈ, ਇਹ ਸਮਾਂ ਬਣਦਾ ਹੈ ਕਿਤੇ ਜੀ? ਮਹਾਰਾਜ ਕਹਿੰਦੇ ਸ਼ਮੀਰ ਮੰਗ ਲਾ ਜੋ ਮੰਗਣਾ ਹੀ। ਬਿਨ ਸ਼ੰਕਾ ਜਾਚਨ ਕਰੋ ਕਹੋ ਔਰ ਅਭਿਲਾਖਾ। ਤੇ ਨਾਲ ਹੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਸ਼ਮੀਰ ਸ਼ੱਕ ਨਾ ਕਰੀ, ਜੋ ਤੂੰ ਕਹੇਗਾ ਉਹ ਹੀ ਦਿਆਂਗੇ। ਕਹਿਣ ਲੱਗੇ, ਜੋ ਤੂੰ ਕਹੇਗਾ ਉਹ ਦਿਆਂਗੇ, ਸ਼ੱਕ ਨਾ ਕਰੀ। ਮਹਾਰਾਜ ਕਹਿੰਦੇ, ਹਾਂਜੀ, ਸੁਣ ਸ਼ਮੀਰ ਕਰ ਜੋਰ ਕੈ ਨਮਰੀ ਹੋਏ ਭਾਖਾ। ਤੇ ਸ਼ਮੀਰ ਦੀ ਵੇਖੋ ਭਾਵਨਾ, ਸ਼ਮੀਰ ਨੇ ਬੜਾ ਵਧੀਆ ਬਚਨ ਕੀਤਾ, ਸ਼ਮੀਰ ਆਸੇ ਪਾਸੇ ਨਹੀਂ ਗਿਆ ਜੀ, ਉਹਨੇ ਕੋਈ ਦੁਨੀਆ ਦੀ ਦਾਤ ਨਹੀਂ ਮੰਗੀ। ਸ਼ਮੀਰ ਹੱਥ ਜੋੜ ਕੇ ਕਹਿਣ ਲੱਗਾ, ਮਹਾਰਾਜ ਗਰੀਬ ਨਿਵਾਜ ਜੇ ਕਿਰਪਾ ਕਰਨੀ ਹੈ ਨਾ, ਖੁਸ਼ ਹੋਏ ਹੀ ਹੋ ਅਤੇ ਮੈਂ ਜੋ ਮੰਗਦਾ ਫਿਰ ਮਹਾਰਾਜ ਮੈਨੂੰ ਉਹ ਦਿਓ। ਮਹਾਰਾਜ ਕਹਿੰਦੇ, ਸ਼ਮੀਰ ਅਸੀਂ ਤਾਂ ਤੈਨੂੰ ਕਹਿ ਰਹੇ ਹਾਂ ਮੰਗ। ਫਿਰ ਸੁਣਿਓ ਗੁਰਮੁਖੋ, ਰਹਿਮਤਾਂ ਦੇ ਸਾਈਂ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਘਰ ਆਏ ਹੋਣ ਅਤੇ ਆਪ ਮੁੱਖੋਂ ਕਹਿ ਰਹੇ ਹੋਣ, ਸਿੱਖਾ ਮੰਗ ਕੀ ਮੰਗਣਾ। ਅਤੇ ਜੇ ਸਿੱਖ ਦੀ ਬੁੱਧੀ ਕੰਮ ਕਰ ਜਾਵੇ ਤਾਂ ਪਿਆਰਿਓ ਲੋਕ ਪਰਲੋਕ ਦਾ ਸੁੱਖ ਮੰਗ ਸਕਦਾ ਹੈ ਜੀ, ਅਤੇ ਜੇ ਨਾ ਕਰੇ ਤਾਂ ਬੰਦਾ ਹੋਰ ਵੀ ਪੁੱਠੀ ਸਿੱਧੀ ਦਾਤ ਵੀ ਕੋਈ ਮੰਗ ਸਕਦਾ। ਹਾਂਜੀ।
मिट है चौरासी को भ्रमण भव जल दुखदाई। महाराज गरीब नवाज जी नूं शमीर पता की कहन लगा, गज के आखो वाहेगुरु वाहेगुरु, फिर कठे एकाग्रता नाल कहो जी वाहेगुरु वाहेगुरु। महाराज सच्चे पातशाह सतगुरु जे मेरे ते खुश होए ही हो ना, जे मेरे ते रहम तां करन ही लगे हो, ते 84 लाख जूना दा फेरा ही मुका दिओ महाराज, ना जमना पए ना मरना पए। जे जमांगे मरांगे ते मंगना भी कुछ पैना जी। हाँ जी, हुण वेखो ना जी, जे जन्म होएगा ते जन्म दे नाल नाल ओ कुछ ना कुछ जींदे रहण वास्ते कोई ना कोई दात भी मंगनी पैनी है, कोई चीज़ां मंगनियां पैनियां। ते शमीर ने कहा भी महाराज चीज़ां दा चक्कर ही मुक जावे, ना राज भाग दी लोड़ रवे, ना सुख दी लोड़ रवे, सच्चे पातशाह जमना ते मरण दा चक्कर ही मुका दिओ महाराज। हाँ जी, श्री सतगुर इस त्रास ते मोह लेहो बचाई। महाराज जेड़ा डर लगा भी जमना है मरना है, हर बंदे नू डर है जी, जेड़ा धर्म दे रस्ते ते चलदा है ना जी, ते शुरुआत होई है ओनू अंदरों अंदर डर हुंदा है भी हुण जम्मे आ फिर ना जमना पवे किते। ते बहुत सारे बंदे, मैं समेत अपने गल करदा है, बहुत सारे बंदे ये भी गल सोचते होणगे भी जदों शरीर त्याग देना ते मरण तो बाद साडा की बनेगा जी, बहुत सारे सोचते होणगे ते निरा सोचते नहीं होणगे, प्लैनिंगां भी कीतियां होणगियां मन विच जी, दृश्य भी अखां अगे बनाए होणगे भी ऐ होणा है, ऐ होना है साढ़े नाल। ते शमीर दी मत वेख लो, शमीर ने कहा महाराज डर ही मुक जाए, ये चीज खत्म ही हो जाए अंदरों, मेरे ते ऐसी मेहर कर दियो। हाँ जी, सुन तूषण श्री प्रभ पए बिरमे अन ख्याला। महाराज चुप हो गए जी, ते होर ख्यालां विच महाराज व्यस्त हो गए, महाराज ने शमीर नूं कोई वचन नहीं किया। हाँ जी, एक दोए दिवस बिताए कै पुन भए कृपाला। एक दो दिन महाराज ने कोई वचन नहीं किया, शमीर नूं मुड़ नहीं किया भी कुछ मंग, ते दो क दिन लंघ गए, महाराज फिर शमीर नूं कहन लगे। हाँ जी, सेव करें सह प्रेम के पुन निकट बुलायो। महाराज वेखदे भी शमीर प्यार नाल सेवा करदा, वेख लो जेड़ा बंदा प्यार नाल सेवा करदा कुछ ना कुछ खट लैंदा जे, गज के आखो वाहेगुरु। ते जेड़ा करे सेवा भी आकड़िया जाई, ते दुखी दुखी होया जी, ते महाराज भी नहीं सददे जी, हुण उत्थे होर भी ते होणगे सेवा करन वाले, ते महाराज शमीर नूं सद्दन दे। महाराज ने वेख्या बड़े प्यार नाल सेवा करदा है, महाराज ने फिर सद्या शमीर नूं अपने कोल। हम प्रसन्न है तो हे पर जांचो मन पायो। अच्छा, दो दिन पहला ते शमीर ने मंग मंगी है, ते महाराज ने फिर कहता, महाराज कहिंदे शमीर असी तेरे ते खुश हैं, मंग की मंगना कहन लगे। हाँ जी, पुन शमीर गुर तीर कह भव जल मैं फेरा। महाराज वेखना चाहते भी मंग पक्की है के कच्ची है, क्यों दो क दिन बाद साड़ी भी मंग बदली हुंदी है, गज के आखो वाहिगुरु। तुसीं वेख लो जी, फुरने बना के वेखो, दूजे दिन मंग बदली हुंदी है। महाराज वेखना चाहते सी भी मंग पक्की है कि कच्ची है। हाँ जी, जिदन मन बहुता खुश हुंदा है उदन ते बैराग बनिया हुंदा, महाराज करो कृपा ते हिरदे विच वस जाओ, ते जिदन होवे थोड़ी जी ढिल मठ उदन दुनिया दुनियावी लिस्ट महाराज अगे रख दिंदे आ, वह मंग बदल गई साडी जी। महाराज ने वेखना सी भी मंग पक्की है कि मंग कच्ची है, शमीर ने मंग पक्की रखी, महाराज कृपा करो भव जल दा फेरा खत्म कर दियो महाराज, ये डर जेड़ा अंदर बनया मुका दियो सच्चे पातशाह। हाँ जी, इस दारुण दुख ते प्रभु गही है कर मेरा। सच्चे पातशाह इस भयानक दुख तो कृपा करके मैनू बचा लो, ते मेरी बांह फड़ दो। संगत जी सुनी दा है पढ़ी दा है, बड़ा वड्डा दुख है जी जमना ते मरना जी, वाहिगुरु बचा लवे सच्चे पातशाह। निरे एक जन्म विच ही इन्ने दुख सुख है गए है, ते 84 लाख बार जमना ते मरना केड़ा सौखा पिया है जी। हाँ जी,
ਸੁਣ ਸ਼੍ਰੀ ਮੁਖ ਤੇ ਤਬ ਭੰਨਿਓ ਤੁਵ ਜਨਮ ਕਨੇਰੇ। ਹੁਣ ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਕੁੰਡੀ ਖੋਲੀ। ਮਹਾਰਾਜ ਕਹਿੰਦੇ ਸ਼ਮੀਰ ਮੰਗ ਤੇ ਤੂੰ ਰਿਹਾ, ਪਰ ਮਹਾਰਾਜ ਕਹਿੰਦੇ ਤੇਰੇ ਕਰਮਾਂ ਦੇ ਵਿੱਚ ਅਜੇ ਬੜੇ ਜਨਮ ਭੋਗਣੇ ਲਿਖੇ ਆ। ਮਹਾਰਾਜ ਕਹਿੰਦੇ ਅਜੇ ਤਾਂ ਤੂੰ ਕਈ ਜਨਮ ਭੋਗਣੇ ਆ। ਧਰਨੇ ਹੈ ਭਵ ਜਲ ਬਿਖੈ ਕਿਮ ਜਾਹੇ ਕਿਨੇਰੇ। ਉਹਨਾਂ ਸਾਰਿਆਂ ਦਾ ਨਬੇੜਾ ਕਿਵੇਂ ਕਰਾਂਗੇ? ਮਹਾਰਾਜ ਕਹਿੰਦੇ ਅਜੇ ਤੇ ਕਈ ਜਨਮ ਧਾਰੇਗਾ ਮਰੇਗਾ, ਧਾਰੇਗਾ ਮਰੇਗਾ, ਧਾਰੇਗਾ ਮਰੇਗਾ। ਹਾਂਜੀ ਕਹਿਣ ਲੱਗ ਕਰਹਿ ਬਚਾਏ ਬੋ ਜਾਂਚੋ ਵੱਥ ਆਨਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿੱਥੋਂ ਤੱਕ ਬਚਾ ਕਰਾਂਗੇ ਤੇਰਾ, ਤੇਰੇ ਤੇ ਜਨਮ ਬਹੁਤ ਜ਼ਿਆਦਾ ਹੈ। ਗੱਜ ਕੇ ਆਖੋ ਵਾਹਿਗੁਰੂ। ਕੋਈ ਇੱਕ ਅੱਧਾ ਹੋਵੇ ਤੇ ਕੱਟ ਹੀ ਦੀਏ। ਮਹਾਰਾਜ ਕਹਿੰਦੇ ਤੇਰੇ ਤੇ ਬਹੁਤ ਜ਼ਿਆਦਾ ਹੈ, ਤੇ ਵੇਖ ਲਾ ਕੁਝ ਹੋਰ ਚੀਜ਼ ਮੰਗ ਲੈ। ਇਹ ਵੀ ਸੱਚੇ ਪਾਤਸ਼ਾਹ ਗਰੀਬ ਨਿਵਾਜ ਨਾ ਜੀ ਉਹਨੂੰ ਪਰਖਣ ਹੀ ਦਏ ਆ। ਮਹਾਰਾਜ ਸੱਚੇ ਪਾਤਸ਼ਾਹ ਉਹਨੂੰ ਪਰਖਣ ਹੀ ਦਏ ਆ ਵੀ ਕਿੱਥੋਂ ਬੋਲਦਾ। ਹਾਂਜੀ ਇਸ ਬਿਨ ਅਪਰ ਅਧੇਨ ਹੈ ਲਿਹੋ ਮਹਿਦ ਮਹਾਨਾ। ਸੱਚੇ ਪਾਤਸ਼ਾਹ ਗਰੀਬ ਨਿਵਾਜ ਕਹਿਣ ਲੱਗੇ ਜਨਮ ਮਰਨ ਦਾ ਚੱਕਰ ਛੱਡ ਤੇ ਕੁਝ ਹੋਰ ਮੰਗ ਲੈ। ਗੁਰਮੁਖੋ ਸ਼ੰਕਾ ਨਾ ਕਰਿਓ, ਗੁਰੂ ਸਾਹਿਬ ਤੇ ਬੜੇ ਵੱਡੇ ਹੈ, ਗੁਰੂ ਸਾਹਿਬ ਦੇ ਬਖਸ਼ੇ ਮਹਾਂਪੁਰਖਾਂ ਦਾ ਬਚਨ ਸੁਣਾਉਣ ਲੱਗਾ ਹੈ। ਕੱਜ ਕੇ ਆਖੋ ਵਾਹਿਗੁਰੂ। ਬੜੇ ਵੱਡੇ ਮਹਾਤਮਾ ਬੜਾ ਨਾਮ ਅਭਿਆਸ ਕੀਤਾ, ਜਿੱਥੇ ਬਹਿੰਦੇ ਹੁੰਦੇ ਸੀ ਨਾ ਜੀ ਉੱਥੇ ਕਮਾਈ ਝਾੜੂ ਫੇਰਦੀ ਹੁੰਦੀ ਸੀ ਆ ਕੇ ਜੀ, ਝਾੜੂ ਫੇਰਦੀ ਹੁੰਦੀ ਸੀ। ਤੋ ਕਹਿਣ ਲੱਗੇ ਮਾਈ ਇੰਜ ਕਰ, ਜਿੰਨੇ ਕੁ ਪਾਪ ਕੀਤੇ ਆ ਨਾ ਲਕੀਰਾਂ ਫੇਰਦੇ ਇੱਥੇ। ਕਹਿੰਦੀ ਠੀਕ ਹੈ। ਉਹ ਸੋਚਦੀ ਗਈ ਤੇ ਲਕੀਰਾਂ ਫੇਰਦੀ ਗਈ, ਕਿੰਨੀਆਂ ਹੋ ਗਈਆਂ ਜੀ। ਤੇ ਕਹਿੰਦੀ ਮਹਾਤਮਾ ਜੀ ਰੱਬ ਦੇ ਪਿਆਰਿਓ ਮਹਾਂਪੁਰਖੋ, ਜੇ ਤੁਸੀਂ ਮੈਨੂੰ ਸਮਾਂ ਦਿਓ ਤੇ ਮੈਂ ਰਾਤ ਘਰ ਜਾ ਕੇ ਤੇ ਬਹਿ ਕੇ ਸੋਚਾਂ ਕਿਹੜੇ ਕਿਹੜੇ ਕੀਤੇ ਆ, ਤੇ ਜਿਨ੍ਹਾਂ ਜਿਨ੍ਹਾਂ ਦੀਆਂ ਲਕੀਰਾਂ ਨਹੀਂ ਫੇਰੀਆਂ ਤੇ ਉਹ ਵੀ ਆ ਕੇ ਫੇਰਦੇ ਆ। ਮਹਾਂਪੁਰਖ ਕਹਿੰਦੇ ਠੀਕ ਹੈ। ਉਹਨੇ ਲਕੀਰਾਂ ਅਗਲੇ ਦਿਨ ਸੋਚ ਕੇ ਫੇਰੀਆਂ। ਕਹਿਣ ਲੱਗੇ ਫਿਰ ਹੱਥ ਫੇਰ ਕੇ ਨਾ ਮਹਾਂਪੁਰਖਾਂ ਲਕੀਰ ਤੇ, ਕਹਿੰਦੇ ਜਾ ਗੁਰੂ ਨਾਨਕ ਸਾਹਿਬ ਅੱਗੇ ਅਰਦਾਸ ਕਰਤੀ ਤੇਰੇ ਸਾਰੇ ਪਾਪ ਮਾਫ਼ ਹੋ ਗਏ। ਕਹਿਣ ਲੱਗੇ ਮਹਾਰਾਜ ਅੱਗੇ ਅਰਦਾਸ ਕਰ ਦਿੱਤੀ ਹੈ। ਸਮਰੱਥਾ ਵਾਲੇ ਸੀਗੇ ਜੀ ਉਹ, ਢਿੱਲਾ ਮੱਠਾ ਬੰਦਾ ਇਹੋ ਜਿਹਾ ਬਚਨ ਵੀ ਕਰੇ ਕਿਹੜਾ ਮਾਫ਼ ਹੋਣ ਲੱਗੇ ਆ। ਤੇ ਜੇ ਗੁਰੂ ਸਾਹਿਬ ਦੇ ਪਿਆਰੇ ਇੰਨਾ ਕੁਝ ਕਰ ਸਕਦੇ ਤੇ ਮਹਾਰਾਜ ਕੀ ਨਹੀਂ ਕਰ ਸਕਦੇ ਜੀ। ਬੜੀ ਵੱਡੀ ਸਮਰੱਥਾ। ਪਰ ਮਹਾਰਾਜ ਸ਼ਮੀਰ ਨੂੰ ਵੇਖਦੇ ਵੀ ਸ਼ਮੀਰ ਪੱਕਾ ਹੈ ਕਿ ਨਹੀਂ, ਮੰਗ ਪੱਕੀ ਹੈ ਕਿ ਨਹੀਂ ਹੈਗੀ ਜੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕੁਝ ਹੋਰ ਮੰਗ ਲੈ, ਜਨਮ ਮਰਨ ਦਾ ਚੱਕਰ ਵਾਲੀ ਗੱਲ ਨਾ ਕਰ, ਤੇਰੇ ਬੜੇ ਜਨਮ ਨੇ। ਹਾਂਜੀ ਹਮ ਪ੍ਰਸੰਨ ਪਿਖ ਸੇਵ ਤੁਮ ਅਰ ਪ੍ਰੇਮ ਕਨੇਰਾ। ਅਸੀਂ ਤੇਰੀ ਸੇਵਾ ਤੇ ਵੀ ਬੜੇ ਖੁਸ਼ ਹਾਂ ਤੇ ਜਿਹੜਾ ਤੂੰ ਸਾਨੂੰ ਪਿਆਰ ਕਰਦਾ ਅਸੀਂ ਉਹਦੇ ਤੇ ਵੀ ਬੜੇ ਖੁਸ਼ ਹਾਂ, ਪਰ ਹੋਰ ਕੁਝ ਮੰਗ, ਇਹ ਨਾ ਮੰਗ। ਹਾਂਜੀ ਔਰ ਅਕਪਟ ਸੱਚ ਕਹਿਤ ਹੈ ਪਰਖਿਓ ਬਹੁ ਬੇਰਾ। ਮਹਾਰਾਜ ਕਹਿਣ ਲੱਗੇ ਅਸੀਂ ਜੋ ਕਹਿ ਰਹੇ ਹਾਂ ਮੰਨ ਲੈ, ਸੋਚ ਲੈ, ਸਮਝ ਲੈ, ਕੁਝ ਹੋਰ ਮੰਗ ਲੈ। ਹਾਂਜੀ ਕਰੋ ਸਫਲ ਨਿਜ ਘਾਲ ਕੋ ਹਮ ਦੇ ਤਤਕਾਲਾ। ਜੋ ਤੂੰ ਮੰਗੇਗਾ ਤੈਨੂੰ ਤਤਕਾਲ ਦਿਆਂਗੇ। ਜਨਮ ਮਰਨ ਦੀ ਗੱਲ ਛੱਡ ਦੇ, ਕਹਿੰਦੇ ਤੇਰੇ ਜਨਮ ਮਰਨ ਬੜਿਆ। ਹਾਂਜੀ ਸੁਣ ਕੇ ਕਹੇ ਸ਼ਮੀਰ ਪੁੰਨ ਗਤੀ ਕਰੋ ਕਿਰਪਾਲਾ। ਤੇ ਸੁਣ ਕੇ ਸ਼ਮੀਰ ਫਿਰ ਹੱਥ ਜੋੜ ਕੇ ਨਾ ਮਹਾਰਾਜ ਕੱਜ ਕੇ ਆਖੋ ਵਾਹਿਗੁਰੂ। ਮਹਾਰਾਜ ਦੇ ਰਹਿਮਤਾਂ ਦੇ ਘਰ ਵਿੱਚ ਆਏ ਹੋ, ਤੁੱਠੇ ਹੋ ਤੇ ਜਨਮ ਮਰਨ ਕੱਟੋ ਮਹਾਰਾਜ, ਇਹ ਕਿਰਪਾ ਕਰੋ, ਇਹ ਬਖਸ਼ਿਸ਼ ਕਰੋ ਸੱਚੇ ਪਾਤਸ਼ਾਹ। ਹਾਂਜੀ ਨਿਕਟ ਸਥਲ ਨਿਜ ਦੀਜੀਐ ਜਾਂਚਾਂ ਇਹ ਮੇਰੀ। ਤੇ ਨਿਹਰਾ ਜਨਮ ਮਰਨ ਹੀ ਨਹੀਂ ਕੱਟਣਾ ਮਹਾਰਾਜ, ਮੈਨੂੰ ਆਪਣੇ ਚਰਨਾਂ 'ਚ ਥਾਂ ਵੀ ਦਿਓ ਸੱਚੇ ਪਾਤਸ਼ਾਹ। ਹਾਂਜੀ ਅਪਰ ਨਹੀਂ ਮਨ ਕਾਮਨਾ ਕਾਟੋ ਮਮ ਬੇਰੀ। ਮੇਰੀ ਹੋਰ ਕੋਈ ਕਾਮਨਾ ਨਹੀਂ ਹੈ, ਕਿਰਪਾ ਕਰੋ ਮੇਰਾ ਜਨਮ ਮਰਨ ਕੱਟ ਦਿਓ, ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਮਹਾਰਾਜ ਨੇ ਵੇਖਿਆ ਵੀ ਸ਼ਮੀਰ ਦੀ ਮੰਗ ਪੱਕੀ ਹੈ। ਹਾਂਜੀ ਸੁਣ ਹੱਠ ਕੋ ਸ਼੍ਰੀ ਸਤਿਗੁਰੂ ਤਬ ਟਾਰਨ ਕੀਨਾ। ਮਹਾਰਾਜ ਨੇ ਫਿਰ ਗੱਲ ਟਾਲ ਦਿੱਤੀ ਜੀ ਇਹਦੀ, ਕੱਜ ਕੇ ਆਖੋ ਵਾਹਿਗੁਰੂ। ਮਹਾਰਾਜ ਨੇ ਗੱਲ ਟਾਲ ਦਿੱਤੀ ਇਹਦੀ। ਹਾਂਜੀ ਕੇਤਕ ਦਿਵਸ ਬਿਤਾਏ ਪੁੰਨ ਮਨ ਹੋਏ ਪਰਬੀਨਾ। ਕੁਝ ਦਿਨ ਹੋਰ ਬਤੀਤ ਕਰ ਲਏ ਤੇ ਕੁਝ ਦਿਨਾਂ ਬਾਅਦ
ਸੱਚੇ ਪਾਤਸ਼ਾਹ ਗਰੀਬ ਨਵਾਜ਼ ਫਿਰ ਸ਼ਮੀਰ ਨੂੰ ਕਹਿਣ ਲੱਗੇ, ਹਾਂਜੀ, ਦਾਸ ਕਾਮਨਾ ਦੀਏ ਬਿਨ ਮਨ ਚੈਨ ਨਾ ਪਾਵੈ। ਗੱਜ ਕੇ ਆਖੋ। ਭਾਈ ਸੰਤੋਖ ਸਿੰਘ ਜੀ ਕਹਿੰਦੇ ਆ, ਦਾਸ ਦੀ ਹੋਵੇ ਕਾਮਨਾ। ਦਾਸ ਕਿਹਨੂੰ ਕਹਿੰਦੇ ਜੀ? ਸੇਵਕ ਨੂੰ। ਸੇਵਕ ਦੀ ਹੋਵੇ ਅਰਦਾਸ, ਤੇ ਜਿੰਨਾ ਚਿਰ ਤੱਕ ਸਤਿਗੁਰੂ ਪੂਰੀ ਨਾ ਕਰਨ ਮਹਾਰਾਜ ਵੀ ਚੈਨ ਨਹੀਂ ਪਾਉਂਦੇ ਜੀ, ਤਸੱਲੀ ਨਹੀਂ ਆਉਂਦੀ। ਆਪਾਂ ਕਹਿੰਦੇ ਹਾਂ ਨਾ, ਕੰਮ ਕਰਨਾ ਮੈਨੂੰ ਚੈਨ ਨਹੀਂ ਆਉਣਾ ਜਿੰਨਾ ਚਿਰ ਮੈਂ ਕੰਮ ਨਾ ਕੀਤਾ। ਵੇਖੋ ਸਤਿਗੁਰੂ ਦਾ ਬਿਰਧ, ਮਹਾਰਾਜ ਜਿੰਨਾ ਚਿਰ ਤੱਕ ਆਪਣੇ ਸੇਵਕਾਂ ਦੀ ਭਾਵਨਾ ਪੂਰੀ ਨਹੀਂ ਕਰ ਲੈਂਦੇ, ਮਹਾਰਾਜ ਨੂੰ ਵੀ ਚੈਨ ਨਹੀਂ ਹੈ। ਦਾਸ ਕਾਮ ਦੀਏ ਬਿਨ ਮਨ ਚੈਨ ਨਾ ਪਾਇਓ। ਮਹਾਰਾਜ ਗਰੀਬ ਨਵਾਜ਼ ਚਾਹੁੰਦੇ ਹੈ ਵੀ ਛੇਤੀ ਛੇਤੀ ਆਪਣੇ ਸੇਵਕ ਦੀ ਭਾਵਨਾ ਪੂਰੀ ਕਰਾਂ। ਸੰਗਤ ਜੀ ਵੇਖ ਲਓ, ਸੇਵਕ ਬਣਨ ਦੇ ਕਿੰਨੇ ਫਲ ਹੈਗੇ ਆ ਜੀ। ਮਹਾਰਾਜ ਸੱਚੇ ਪਾਤਸ਼ਾਹ ਦੇ ਸੇਵਕ ਬਣਨਾ ਚਾਹੀਦਾ। ਹਾਂਜੀ, ਪਦਵੀ ਦੇਣ ਸਮੀਪ ਕੀ ਪੁੰਨ ਉਰ ਲਲ ਚਾਵੈ। ਹੁਣ ਮਹਾਰਾਜ ਚਾਹੁੰਦੇ ਹੈ ਵੀ ਸ਼ਮੀਰ ਦੀ ਸੇਵਾ ਬੜੀ ਹੈ, ਇਹਨੂੰ ਚਰਨਾਂ 'ਚ ਪੱਕੇ ਤੌਰ 'ਤੇ ਥਾਂ ਦੇ ਦਈਏ ਜੀ। ਇਹਦਾ ਮਤਲਬ ਹੈ ਵੀ ਆਪਾਂ ਬੈਠੇ ਹਾਂ ਮਹਾਰਾਜ ਦੇ ਚਰਨਾਂ 'ਚ, ਸੰਗਤ ਕਰਦੇ ਹਾਂ, ਸੰਗਤ ਕਰਦਿਆਂ ਕਰਦਿਆਂ ਸੇਵਾ ਕਰਨੀ ਹੈ, ਸੇਵਕ ਦੀ ਪਦਵੀ ਪ੍ਰਾਪਤ ਕਰਨੀ ਹੈ। ਅਤੇ ਜਦੋਂ ਬੰਦਾ ਸੇਵਕ ਬਣੇਗਾ ਨਾ, ਫਿਰ ਮਹਾਰਾਜ ਨੇ ਸੋਚਣਾ ਵੀ ਹੁਣ ਇਹਨੂੰ ਚਰਨਾਂ 'ਚ ਥਾਂ ਦੇ ਦਈਏ ਜੀ। ਹਾਂਜੀ, ਇੱਕ ਦਿਨ ਬਾਹਰ ਹਕਾਰ ਕੈ ਸ਼੍ਰੀ ਬਚਨ ਉਚਾਰਾ। ਮਹਾਰਾਜ ਨੇ ਇੱਕ ਦਿਨ ਫਿਰ ਸ਼ਮੀਰ ਨੂੰ ਕੋਲ ਸੱਦਿਆ ਦਸਵੇਂ ਪਾਤਸ਼ਾਹ ਨੇ। ਹਾਂਜੀ, ਮੰਗੋ ਮਨ ਕੀ ਕਾਮਨਾ ਜੈਸੇ ਹੱਠ ਧਾਰਾ। ਮਹਾਰਾਜ ਕਹਿੰਦੇ, ਸ਼ਮੀਰ ਅਜੇ ਵੀ ਸਮਾਂ, ਕੁਝ ਹੋਰ ਮੰਗ ਲਾ। ਮਹਾਰਾਜ ਕਹਿੰਦੇ, ਮਹਾਰਾਜ ਕਹਿੰਦੇ ਮੰਗ। ਹਾਂਜੀ, ਪ੍ਰਭ ਜੀ ਭਵ ਜਲ ਤੇ ਰਾਖੋ ਕੱਟ ਦਿਓ ਚੁਰਾਸੀ। ਗੱਜ ਕੇ ਆਖੋ। ਪਰ ਸ਼ਮੀਰ ਦੀ ਮੰਗ ਬੜੀ ਪੱਕੀ ਹੈ। ਹਾਂਜੀ, ਇਹ ਕੋਈ ਮਾੜੀ ਮੋਟੀ ਚੀਜ਼ 'ਤੇ ਡੋਲਣ ਵਾਲਾ ਕੰਮ ਨਹੀਂ ਸੀ ਹੈਗਾ, ਨਾ ਤਗੜੀ 'ਤੇ ਹੀ। ਮਹਾਰਾਜ ਕਿਰਪਾ ਕਰੋ, ਬਖਸ਼ਿਸ਼ ਕਰੋ, 84 ਲੱਖ ਜੂਨਾਂ ਦਾ ਫੇਰਾ ਕੱਟ ਦਿਓ ਮਹਾਰਾਜ। ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੈ ਬਾਪ ਬੀਠਾ। ਮਹਾਰਾਜ ਤਾਰ ਲਓ ਸੱਚੇ ਪਾਤਸ਼ਾਹ, ਇਹੋ ਹੀ ਮੰਗ ਹੈ ਜੀ, ਇਹੋ ਹੀ ਮੰਗ ਹੈ। ਹਾਂਜੀ, ਬਾਹਰ ਨਾ ਪਾਵੋ ਜਨਮ ਕੋ ਜਮ ਪਰੇ ਨਾ ਫਾਸੀ। ਨਾ ਮੈਨੂੰ ਕੋਈ ਜਮ ਹੀ ਵੇਖਣਾ ਪਵੇ, ਤੇ ਨਾ ਮਹਾਰਾਜ ਮੇਰਾ ਮੁੜ ਜਨਮ ਹੀ ਹੋਵੇ ਸੱਚੇ ਪਾਤਸ਼ਾਹ। ਹਾਂਜੀ, ਹੱਸ ਬੋਲੇ ਦੈ ਹੈ ਇਹੀ ਪੁੰਨ ਆਵੋ ਪ੍ਰਭਾਤੀ। ਹੱਸ ਬੋਲੇ ਦੈ ਹੈ ਇਹੀ ਪੁੰਨ ਆਵੋ ਪ੍ਰਾਤੀ। ਕੱਜ ਕੇ ਆਖੋ, ਵਾਹਿਗੁਰੂ। ਮਹਾਰਾਜ ਹੱਸ ਕੇ ਫਿਰ ਕਹਿਣ ਲੱਗੇ, ਮਹਾਰਾਜ ਕਹਿੰਦੇ, ਸ਼ਮੀਰ ਜੇ ਤੂੰ ਇੰਨਾ ਪੱਕਾ ਹੋ ਕੇ ਮੰਗਣ 'ਤੇ ਤੁਰ ਪਿਆ। ਮਹਾਰਾਜ ਕਹਿੰਦੇ, ਜਾ ਕੱਲ੍ਹ ਆਵੀਂ ਤੈਨੂੰ ਦੇ ਦਿਆਂਗੇ। ਕਹਿਣ ਲੱਗੇ, ਦੇ ਦਿਆਂਗੇ ਕੱਲ੍ਹ ਆਵੀਂ। ਮਹਾਰਾਜ ਕਹਿੰਦੇ, ਹੁਣ ਮਹਾਰਾਜ ਤੇ ਅੱਜ ਵੀ ਦੇ ਸਕਦੇ ਹੈ। ਹਾਂਜੀ, ਸੁਣ ਬੰਧਨ ਕੋ ਕਰ ਗਯੋ ਆਨੰਦ ਕਰ ਛਾਤੀ। ਲਓ ਜੀ, ਸ਼ਮੀਰ ਦੇ ਸਾਹ ਵਿੱਚ ਸਾਹ ਆਇਆ ਜੀ, ਵੀ ਮਹਾਰਾਜ ਨੇ ਹਾਂ ਕਰ ਦਿੱਤੀ ਹੈ। ਸ਼ਮੀਰ ਮਹਾਰਾਜ ਨੂੰ ਮੱਥਾ ਟੇਕ ਕੇ ਆਪਣੀ ਰਹਿਸ਼ੀ ਅਸਥਾਨ 'ਤੇ ਗਿਆ ਜੀ। ਹਾਂਜੀ, ਸਕਲ ਰੀਤ ਕੀ ਸੇਵ ਕਰ ਨਿਸਮੈ ਪਰ ਸੋਵਾ। ਹਰ ਰੋਜ਼ ਦੀ ਸੇਵਾ ਕੀਤੀ ਅਤੇ ਰੋਜ਼ ਦੀ ਤਰ੍ਹਾਂ ਰਾਤ ਨੂੰ ਸ਼ਮੀਰ ਸੌਂ ਗਿਆ ਜੀ। ਹਾਂਜੀ, ਅਦਭੁਤ ਅਨੇਕ ਪ੍ਰਕਾਰ ਕੋ ਸੁਪਨਾ ਤਬ ਜੋਵਾ। ਬਸ ਫਿਰ ਹੋ ਗਏ ਸ਼ੁਰੂ ਸੁਪਨੇ ਆਉਣੇ ਜੀ। ਕੱਜ ਕੇ ਆਖੋ, ਵਾਹਿਗੁਰੂ। ਕਈ ਸੁਪਨੇ ਤੇ ਪਿਆਰੇ ਉਹ ਇਹ ਹੁੰਦੇ ਆ ਨਾ ਵੀ ਜੋ ਸਾਰੀ ਦਿਹਾੜੀ ਚੇਤਾ ਕਰਦੇ ਉਹ ਹੀ ਆਈ ਜਾਂਦਾ, ਤੇ ਤੁਸੀਂ ਵੇਖਿਓ ਤੁਹਾਡੇ ਨਾਲ ਹੀ ਵਰਤਦੀਆਂ ਗੱਲਾਂ। ਕਈ ਸੁਪਨੇ ਨਾ ਭੁੱਲਦੇ ਹੈ ਨਾ ਸੋਚਿਆ ਹੁੰਦਾ, ਫਿਰ ਵੀ ਉਹ ਆ ਜਾਂਦੇ ਹੈ ਜੀ। ਉਹ ਖਾਸ ਕਾਰਨ ਹੁੰਦਾ ਹੈ। ਸ਼ਮੀਰ ਰਾਤ ਨੂੰ ਲੰਮੇ ਪਿਆ ਸੌਂ ਗਿਆ ਜੀ, ਤੇ ਸੁੱਤੇ ਪਏ ਨੂੰ ਅਦਭੁਤ ਸੁਪਨਾ ਆਇਆ ਜੀ। ਹਾਂਜੀ, ਕਾਕ ਕੰਕ ਕੇਕੀ ਕਕਨ ਕੱਕ ਬਿੰਗ ਮਰਾਲਾ। ਹੁਣ ਸੁਪਨੇ ਵਿੱਚ ਕੀ ਮਹਿਸੂਸ ਹੁੰਦਾ? ਇੱਕ ਤਾਂ ਹੁੰਦਾ ਨਾ ਸੁਪਨੇ 'ਚ ਬੰਦਾ ਤੁਰਿਆ ਫਿਰਦਾ ਵੇਖਦਾ, ਸੁਪਨੇ ਵਿੱਚ ਸ਼ਮੀਰ ਨੂੰ ਮਹਿਸੂਸ ਹੁੰਦਾ ਵੀ ਆਹ ਜਿਹੜਾ ਕਾਂ ਤੁਰਿਆ ਫਿਰਦਾ ਕੋਈ ਹੋਰ ਨਹੀਂ ਮੈਂ। ਉਹਨੂੰ ਆਪਣੀ ਆਤਮਾ ਕਾਂ ਵਿੱਚ ਮਹਿਸੂਸ ਹੋਈ ਜੀ।
ਕਾਂ ਮਰ ਗਿਆ ਤੇ ਸ਼ਮੀਰ ਦੀ ਆਤਮਾ ਗਿਰਜ ਵਿੱਚ ਚਲੇ ਗਈ ਜੀ। ਗਿਰਜ ਮਰ ਗਿਆ ਤੇ ਸ਼ਮੀਰ ਦੀ ਆਤਮਾ ਮੋਰ ਵਿੱਚ ਚਲੇ ਗਈ ਜੀ। ਮੋਰ ਮਰ ਗਿਆ ਤੇ ਚੱਕਵੇ ਵਿੱਚ ਚਲੇ ਗਈ ਜੀ। ਇਹ ਜੂਨਾਂ ਮਿਲਦੀਆਂ ਬੰਦੇ ਨੂੰ। ਗੱਜ ਕੇ ਆਖੋ ਵਾਹਿਗੁਰੂ। ਇੱਕ ਟੱਕ ਐ ਵੇਖੀ ਜਾਣਾ, ਚੱਕਵੀ ਦੀ ਜੂਨ ਹੈ, ਚੱਕਵੇ ਦੀ ਜੂਨ ਹੈ। ਫਿਰ ਚਿੜਾ ਬਣਿਆ ਜੀ ਇਹ ਰਾਤ ਸੁਪਨੇ ਚ। ਹਾਂਜੀ। ਖੱਗ ਮ੍ਰਿਗ ਪਸ਼ੂ ਪੰਛੀ ਮਨੁੱਖ ਜਨਮਿਓ ਤਨ ਕਾਲਾ। ਤੇ ਪਸ਼ੂ ਪੰਛੀ ਹੋਰ ਬੜੇ ਮਨੁੱਖਾਂ ਦੇ ਜਨਮ ਵੀ ਇਹਨੇ ਧਾਰਨ ਕੀਤੇ ਜੀ। ਸੁਪਨੇ ਵਿੱਚ ਕਦੀ ਕਾਂ ਬਣ ਜਾਂਦਾ, ਕਦੀ ਚਿੜਾ ਬਣ ਜਾਂਦਾ, ਕਦੀ ਕੁਛ ਬਣ ਜਾਂਦਾ। ਹਾਂਜੀ। ਕੀਟੀ ਕੀਟਨ ਭ੍ਰਿੰਗ ਭ੍ਰਿਤ ਅਧਿਆਤਕ ਕਨੇਰੇ। ਵਾਹਿਗੁਰੂ ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ ਬਖਸ਼ ਲਵੇ। ਬੜੇ ਜਨਮ ਬੰਦੇ ਨੂੰ ਲੈਣੇ ਪੈਂਦੇ ਜੀ, ਬੜੇ ਲੈਣੇ ਪੈਂਦੇ ਆ। ਸ਼ਮੀਰ ਵੇਖਦਾ ਵੀ ਕਦੀ ਕੀੜੀ ਬਣਿਆ ਜੀ ਉਹ ਜੀ। ਹੁਣ ਬੰਦੇ ਨੂੰ ਕੀੜੀ ਬਣਨਾ ਪੈ ਜਾਏ ਤੇ ਬੜਾ ਔਖਾ ਕੰਮ ਹੈ ਜੀ। ਹਾਂਜੀ। ਇੱਥੇ ਕਈ ਕੀੜੀਆਂ ਤੁਰੀਆਂ ਫਿਰਦੀਆਂ, ਆਪਾਂ ਧਿਆਨ ਦਿੰਦੇ ਹਾਂ ਜੀ। ਕੀੜੀ ਦਾ ਵੀ ਜਨਮ ਹੈ, ਬਲਕਿ ਪੂਰੀ ਦੁਨੀਆਂ ਉਹਨਾਂ ਦੀ ਜੀ। ਕੀੜੀਆਂ ਦੀ ਦੁਨੀਆਂ 'ਚ ਜਨਮ ਲਿਆ ਜੀ ਇਹਨੇ। ਉਹ ਜਨਮ ਹੋ ਗਿਆ, ਫਿਰ ਕੀੜਾ ਬਣ ਗਿਆ ਜੀ, ਇਹ ਥੋੜ੍ਹਾ ਵੱਡਾ ਬਣ ਗਿਆ ਜੀ। ਭ੍ਰਿੰਗੀ ਕੋੜ ਕਿਰਲੀ ਵੀ ਬਣਿਆ ਜੀ। ਗੱਜ ਕੇ ਆਖੋ ਵਾਹਿਗੁਰੂ। ਹੁਣ ਬੜੇ ਤੁਰੇ ਫਿਰਦੇ ਆ, ਪਰ ਉਹਨਾਂ ਵਿੱਚ ਵੀ ਜੂਨ ਹੈ, ਆਤਮਾ ਹੈ, ਬੜੀ ਹੈ ਵਿੱਚ ਜੀ। ਉਹ ਸੰਕਟ ਭੋਗਣ ਦਏ ਆ, ਕਿਹੜਾ ਸੌਖਾ ਕੰਮ ਹੈ। ਹੈ ਮਹਾਰਾਜ ਦਾ ਸਿੱਖ ਹੈ ਤੇ ਸੁਪਨੇ 'ਚ ਕੋੜ ਕਿਰਲੀ ਬਣਿਆ ਜੀ। ਹਾਂਜੀ। ਭੋਗੀ ਜੂਨਾ ਜਨਮ ਧਾਰ ਮਰ ਮਰ ਬਹੁ ਬੇਰੇ। ਇਹੋ ਜਿਹੀਆਂ ਭਾਈ ਸੰਤੋਖ ਸਿੰਘ ਜੀ ਕਹਿੰਦੇ, ਰਾਤੀ ਸੁਪਨੇ 'ਚ ਬੜੀਆਂ ਜੂਨਾਂ ਉਹਨੇ ਭੋਗੀਆਂ ਜੀ। ਜੰਮਦਾ ਮਰ ਜਾਂਦਾ, ਜੰਮਦਾ ਮਰ ਜਾਂਦਾ, ਕਈ ਜੂਨਾਂ ਭੋਗ ਲਈਆਂ। ਹਾਂਜੀ। ਜਨਮ ਪਾਸ਼ਲੋ ਪੁੰਨ ਪਇਓ ਚੰਡਾਲ ਕਰਾਲਾ। ਤੇ ਆਖਰੀ ਜਨਮ ਜਿਹੜਾ ਇਹਦਾ ਹੋਇਆ ਉਹ ਚੰਡਾਲ ਦਾ ਹੋਇਆ ਜੀ। ਗੱਜ ਕੇ ਆਖੋ ਵਾਹਿਗੁਰੂ। ਚੰਡਾਲ ਦਾ ਤੁਹਾਨੂੰ ਪਤਾ ਹੋਣਾ, ਕਬਰਸਤਾਨਾਂ ਵਿੱਚ ਮੜੀਆਂ ਦੇ ਵਿੱਚ ਮੁਰਦਿਆਂ ਨੂੰ ਸਾੜਦੇ ਆ, ਸੜਦਿਆਂ ਦੇ ਕੋਲ ਰਹਿੰਦੇ ਆ, ਉਹਨਾਂ ਨੂੰ ਚੰਡਾਲ ਕਹਿੰਦੇ ਆ ਜੀ। ਵੇਖ ਲਓ, ਇਹ ਵੀ ਤੇ ਇੱਕ ਕੰਮ ਹੀ ਹੈ। ਤੇ ਵਾਹਿਗੁਰੂ ਅੱਗੇ ਅਰਦਾਸ ਵੀ ਕਰਿਆ ਕਰੀਏ ਤੇ ਸ਼ੁਕਰ ਵੀ ਕਰਿਆ ਕਰੀਏ ਵੀ ਸਾਨੂੰ ਇਹੋ ਜਿਹਾ ਕੰਮ ਨਹੀਂ ਮਿਲਿਆ ਜੀ ਕਿਸੇ ਨੂੰ। ਹਾਂਜੀ। ਸਾਰੇ ਆਪਣੇ ਕੰਮ ਕਾਰ ਕਰਕੇ ਵੇਖੋ, ਤੁਸੀਂ ਰੱਬ ਦੇ ਗੁਣ ਸੁਣ ਰਹੇ ਹੋ, ਮਹਾਰਾਜ ਦੀ ਕਥਾ ਸੁਣ ਰਹੇ, ਤੇ ਸਾਨੂੰ ਮਹਾਰਾਜ ਨੇ ਵੇਖੋ ਕਿੱਡੀ ਸੋਹਣੀ ਡਿਊਟੀ 'ਤੇ ਲਾਇਆ ਜੀ। ਸ਼ੁਕਰ ਕਰਨਾ ਚਾਹੀਦਾ। ਚੰਡਾਲ ਦਾ ਜਨਮ ਮਿਲਿਆ ਜੀ ਇਹਨੂੰ ਜੀ। ਹਾਂਜੀ। ਜੰਗਲ ਦੇਸ਼ ਪ੍ਰਵੇਸ਼ ਭਾ ਚੰਡਾਲੀ ਨਾਲਾ। ਤੇ ਜੰਗਲ ਵਿੱਚ ਤੁਰਿਆ ਫਿਰਦਾ ਤੇ ਇਹਦਾ ਪਰਿਵਾਰ ਸਾਰਾ ਨਾਲ, ਚੰਡਾਲਣੀ ਬੱਚੇ ਸਾਰੇ ਨਾਲ ਨੇ। ਹਾਂਜੀ। ਭਏ ਸੁਤਾ ਸੁਤ ਪੁੰਜ ਹੀ ਬਹੁ ਵਧਿਓ ਕੁਟੰਬਾ। ਪੁੱਤਰ ਧੀਆਂ ਬੜਾ ਵੱਡਾ ਪਰਿਵਾਰ ਹੈ, ਮਹਿਸੂਸ ਕਰੇ ਵੀ ਮੇਰਾ ਹੈਗਾ ਜੀ। ਹਾਂਜੀ। ਦੇਸ਼ ਪਰਿਓ ਦੁਰਭਿੱਖ ਬਹੁ ਨਹਿ ਅੰਨ ਕਦੰਬਾ। ਉਹ ਫਲ ਵੀ ਮਹਾਰਾਜ ਨੇ ਭੁਗਤਾ ਚਾ ਜੀ ਸੁਪਨੇ 'ਚ, ਜਿਹੜਾ ਮਹਾਰਾਜ ਦਾ ਪ੍ਰਸ਼ਾਦ ਨੱਪਿਆ ਸੀ ਨਾ ਇਹਨੇ, ਤੇ ਮਹਾਰਾਜ ਨੇ ਕਿਹਾ ਸੀ ਤੁਹਾਡੀ ਕੁੱਲ 'ਚ ਸੰਕਟ ਆਏਗਾ, ਉਹ ਵੀ ਕੰਮ ਹੋ ਗਿਆ ਜੀ। ਵੀ ਜਿਸ ਜੂਨ 'ਚ ਚੰਡਾਲ ਸੀਗਾ ਤੇ ਜਿੱਥੇ ਰਹਿੰਦਾ ਸੀਗਾ ਉੱਥੇ ਕਾਲ ਪੈ ਗਿਆ ਸਾਧ ਸੰਗਤ ਜੀ। ਹਾਂਜੀ। ਸ਼ੁੱਧਤ ਰਹਿਤ ਦੁੱਖ ਸਹਿਤ ਹੈ ਬਨ ਬਿਖੈ ਪਧਾਰਾ। ਚੰਡਾਲ ਦੇ ਜਨਮ ਵਿੱਚ ਸ਼ਮੀਰ ਬੜਾ ਦੁਖੀ ਤੁਰਿਆ ਫਿਰਦਾ, ਪਰਿਵਾਰ ਨੂੰ ਲੈ ਕੇ ਇੱਧਰ ਉੱਧਰ ਤੁਰਿਆ ਫਿਰਦਾ ਤੇ ਤੁਰਦਾ ਤੁਰਦਾ ਜੰਗਲ ਵਿੱਚ ਪਹੁੰਚ ਗਿਆ ਜੀ। ਹਾਂਜੀ। ਪੀਲੂ ਖੈਬੇ ਹੇਤ ਕੋ ਪਾਕੀ ਲੱਗ ਡਾਰਾ। ਤੇ ਖਾਣ ਵਾਸਤੇ ਪੱਕੇ ਪੀਲੂ ਇੱਕ ਟਾਹਣੀ 'ਤੇ ਲੱਗੇ ਸੀਗੇ। ਇਹ ਹੁਣ ਵਾਲਿਆਂ ਨੂੰ ਤੇ ਪੀਲੂ ਦਾ ਪਤਾ ਨਹੀਂ ਹੋਣਾ, ਮੈਂ ਵੀ ਨਹੀਂ ਵੇਖੇ ਜੀ, ਸੱਚ ਪੁੱਛੋ ਤੇ ਬਜ਼ੁਰਗਾਂ ਨੇ ਛਕੇ ਹੋਣਗੇ ਪੀਲੂ ਜੀ। ਹਾਂਜੀ। ਪੀਲੂ ਛਕਣ ਵਾਸਤੇ ਨਾ ਜੀ ਇੱਕ ਟਾਹਣੀ 'ਤੇ ਚੜ੍ਹਿਆ ਜੀ। ਹਾਂਜੀ। ਕਿਤਕ ਸੁਤਾ ਸੁਤ ਸੰਗ ਲੈ ਗਮਨਿਓ ਬਨ ਮਾਹੀ। ਧੀਆਂ ਪੁੱਤਰ ਇਹਦੇ ਨਾਲ ਸਨ ਸਾਰੇ ਜੀ। ਹਾਂਜੀ। ਤੋਰਨ ਹਿੱਤ ਤਰ ਪਰ ਚੜਿਓ ਤਰ ਬਾਲਕ ਤਾਹੀ। ਸਾਧ ਸੰਗਤ ਜੀ ਤੋੜਨ ਵਾਸਤੇ ਦਰਖਤ 'ਤੇ ਚੜ੍ਹਿਆ ਤੇ ਦਰਖਤ ਦੇ ਹੇਠਾਂ ਇਹਦਾ ਬਾਲਕ ਬੈਠੇ ਸਨ, ਇਹਦੇ ਬੱਚੇ ਸਨ। ਹਾਂਜੀ। ਤੋਰ ਤੋਰ ਤਰ ਤੇ ਤਰੇ ਗੇਰਤ ਸਿਸ ਖਾਵੈ। ਇਹ ਪੀਲੂ ਤੋੜ ਤੋੜ ਕੇ ਨਾ ਆਪਣੇ ਬੱਚਿਆਂ ਨੂੰ ਦਿੰਦਾ, ਥੱਲੇ ਸੁੱਟਦਾ ਤੇ ਉਹ ਬੱਚੇ ਖਾਂਦੇ ਆ। ਵੇਖ ਲਓ, ਇਹ ਵੀ ਤੇ ਦੁੱਖ ਸੀਗਾ ਆਉਣ ਵਾਲੇ ਸਮੇਂ ਦਾ ਜਿਹੜਾ ਭੁਗਤਣਾ ਸੀਗਾ ਇਹਨੇ।
ਹਾਂਜੀ ਪੁੰਨ ਸਾਖਾ ਪਤਰੀਨ ਪਰ ਨਿਜ ਪਾਉਂ ਟਿਕਾਵੇ ਹੁਣ ਪੀਲੂ ਹੋਰ ਤੋੜਨੇ ਆ ਤੋੜਦਿਆਂ ਤੋੜਦਿਆਂ ਇੱਕ ਪਤਲੀ ਟਾਹਣੀ ਤੇ ਇਹਨੇ ਪੈਰ ਰੱਖ ਦਿੱਤਾ ਜੀ ਆਪਣਾ ਜੀ ਹਾਂਜੀ ਤੋਰਨ ਕੋ ਲਾਲਚ ਗਯੋ ਚੁੱਕ ਹੋਏ ਅਗਾੜੀ ਹਾਂਜੀ ਟੂਟ ਗਈ ਸ਼ਾਖਾ ਤਬੈ ਗਿਰ ਧਰਾ ਮਝਾਰੀ ਬਸ ਹੋਇਆ ਕੀ ਜੀ ਜਦੋਂ ਪਤਲੀ ਟਾਹਣੀ ਤੇ ਇਹਨੇ ਪੈਰ ਰੱਖਿਆ ਨਾ ਜੀ ਉਹ ਟਾਹਣੀ ਟੁੱਟ ਗਈ ਜੀ ਤੇ ਇਹ ਧਰਤੀ ਤੇ ਡਿੱਗ ਗਿਆ ਜੀ ਸੁਪਨੇ ਵਿੱਚ ਜੀ ਹਾਂਜੀ ਚੋਟ ਲੱਗੀ ਤੇ ਜਾਗ ਕਰ ਜੁਗ ਨੈਣ ਉਗਾੜੇ ਗੱਜ ਕੇ ਆਖੋ ਜਦੋਂ ਇਹ ਧਰਤੀ ਤੇ ਡਿੱਗਾ ਨਾ ਜੀ ਤੇ ਸਾਧ ਸੰਗਤ ਜੀ ਉਸੇ ਵੇਲੇ ਅੱਬੜ ਵਾਏ ਇਹਨੇ ਅੱਖਾਂ ਖੋਲੀਆਂ ਇਉਂ ਮਹਿਸੂਸ ਹੋਇਆ ਜਿਵੇਂ ਸੱਚੀ ਮੁੱਚੀ ਇਹ ਧਰਤੀ ਤੇ ਡਿੱਗਿਆ ਹੁੰਦਾ ਹੈ ਜੀ ਇਹਨੇ ਉਸੇ ਵੇਲੇ ਅੱਖਾਂ ਖੋਲੀਆਂ ਹਾਂਜੀ ਬਿਸਮਿਓ ਕਰਤ ਵਿਚਾਰ ਬਹੁ ਪਿਕ ਕੌਤਕ ਭਾਰੇ ਬਸ ਫਿਰ ਕਿੱਥੋਂ ਨੀਂਦ ਆਉਣੀ ਸੀਗੀ ਜੀ ਜਿਹੜਾ ਕਦੀ ਸੁਪਨੇ ਚ ਕੋੜ ਕਿਰਲੀ ਬਣਿਆ ਹੋਵੇ ਜਿਹੜਾ ਕਦੀ ਕਾਂ ਕਦੀ ਮੋਰ ਕਦੀ ਕੀੜੀ ਕਦਾ ਕਦੀ ਕੀੜਾ ਬਣਿਆ ਹੋਵੇ ਤੇ ਇਹੋ ਜਿਹੀ ਮੌਤ ਡਿੱਗਾ ਹੋਵੇ ਸਾਧ ਸੰਗਤ ਫਿਰ ਬੰਦੇ ਨੂੰ ਕਿੱਥੋਂ ਨੀਂਦ ਆਉਂਦੀ ਹੈ ਸ਼ਮੀਰ ਬੜਾ ਹੈਰਾਨ ਵੀ ਮੇਰੇ ਨਾਲ ਕੀ ਬਣਿਆ ਹਾਂਜੀ ਸੋਚਤ ਸੁਪਨੇ ਕੋਰੇ ਦੇ ਜੇਤੇ ਤਨ ਪਾਈ ਸੋਚਣ ਦਿਆ ਵੀ ਮੈਂ ਇਹ ਕੀ ਮੇਰੇ ਨਾਲ ਬਣਿਆ ਇੰਨੇ ਸਰੀਰ ਇੰਨੇ ਜਨਮ ਹਾਂਜੀ ਪੀਲੂ ਖਾਏ ਪੇਟ ਭਰ ਬਿਸ਼ਟਾ ਤਸ ਆਈ ਹਾਂਜੀ ਦੇਖਤ ਚਿੰਤਾ ਅਧਿਕ ਪੀ ਮਤ ਬਹੁ ਬਿਸਮਾਈ ਗੁਰਮੁਖੋ ਫਿਰ ਸੋਚਣ ਦਿਆ ਵੀ ਪੀਲੂ ਤੋੜਦਾ ਤੋੜਦਾ ਮੈਂ ਡਿੱਗਿਆ ਤੇ ਸੱਟ ਇੱਥੇ ਮਹਿਸੂਸ ਹੋਣ ਦਈ ਹੈ ਗੱਜ ਕੇ ਆਖੋ ਵਾਹਿਗੁਰੂ ਹਾਂਜੀ ਭਾਈ ਸੋਚ ਉੱਠ ਕੇ ਬਹੁਰ ਹਿਤ ਮੱਜਨ ਬੈਸੇ ਗੁਰਮੁਖੋ ਇਹ ਉੱਠ ਕੇ ਇਸ਼ਨਾਨ ਪਾਨ ਕਰਨ ਲੱਗ ਪਿਆ ਜੀ ਹਾਂਜੀ ਕਰਨ ਰੱਗੇ ਉਹ ਰਿਧ ਧਾਵਨਾ ਚਿਤਵਤ ਹੈ ਤੈਸੇ ਸੋਚੀ ਜਾਂਦਾ ਹੈ ਜੀ ਰਾਤ ਦੇ ਸੁਪਨਿਆਂ ਬਾਰੇ ਤੇ ਦਾਤਣ ਕਰਨ ਲੱਗਾ ਜੀ ਹੈ ਸ਼ਮੀਰ ਹਾਂਜੀ ਤਬ ਦੰਤਨ ਮੈਂ ਅਟਕ ਜੇ ਪੀਲੂ ਕੇ ਬੀਜੰ ਗੱਜ ਕੇ ਆਖੋ ਬਸ ਫਿਰ ਕੀ ਬਣਿਆ ਜੀ ਉਹ ਰਾਤ ਸੁਪਨੇ 'ਚ ਜਿਹੜੇ ਪੀਲੂ ਖਾਧੇ ਸੀ ਨਾ ਜੀ ਉਹਦੇ ਬੀਜ ਦਿਨੇ ਦੰਦਾਂ ਵਿੱਚ ਤੁਰੇ ਫਿਰਨ ਜੀ ਸੁਪਨੇ ਬਾਰੇ ਸੋਚਣ ਦਿਆ ਅਤੇ ਦਾਤਣ ਕਰਨ ਦਿਆ ਅਤੇ ਦਾਤਣ ਕਰਦਿਆਂ ਉਹੋ ਹੀ ਪੀਲੂ ਬਾਹਰ ਆਉਣ ਮੂੰਹ ਵਿੱਚੋਂ ਜੀ ਹਾਂਜੀ ਨਿਕਸੇ ਦਾਤਨ ਕਰੇ ਤੇ ਚਿਤ ਕੌਤਕ ਥੀਜੰ ਤੇ ਮਹਾਰਾਜ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੂੰ ਕਹਿੰਦਾ ਹੁਣ ਜਾ ਕੇ ਦੱਸਾਂਗਾ ਵੀ ਮਹਾਰਾਜ ਇਹ ਕੀ ਖੇਡ ਬਣੀ ਹੈ ਕਹਾਂ ਭਈਏ ਬਾਰਤਾ ਮੁਝ ਸੁਪਨਾ ਹੋਵਾ ਮਹਾਰਾਜ ਇਹ ਤੇ ਸੁਪਨਾ ਆਇਆ ਸੀ ਤੇ ਕੀ ਖੇਡ ਬਣੀ ਹੈ ਹਾਂਜੀ ਧਰ ਸਾਚ ਹੀ ਜਨਮ ਕੈ ਬੜ ਸੰਕਟ ਜੋਵਾ ਮਹਾਰਾਜ ਇਹ ਬੜਾ ਵੱਡਾ ਸੰਕਟ ਵੇਖ ਲਿਆ ਐਡਾ ਭੈੜਾ ਸੁਪਨਾ ਗੱਜ ਕੇ ਆਖੋ ਵਾਹਿਗੁਰੂ ਇੰਨਾ ਭੈੜਾ ਸੁਪਨਾ ਮਨ ਵਿੱਚ ਸੋਚਣ ਦਿਆ ਇਸ਼ਨਾਨ ਪਾਣ ਕੀਤਾ ਬਸਤਰ ਪਾਏ ਤੇ ਗੁਰੂ ਸਾਹਿਬ ਕੋ ਆ ਗਿਆ ਜੀ ਹਾਂਜੀ ਪਰ ਅਰਬਿੰਦਨ ਬੰਦਨਾ ਕਰ ਥਿਰਿਓ ਅਗਾਰੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੱਗੇ ਮੱਥਾ ਟੇਕ ਕੇ ਸਤਿਗੁਰੂ ਜੀ ਦੇ ਸਾਹਮਣੇ ਖਲੋ ਗਿਆ ਤਬ ਬੂਜਨ ਕੀਨੋ ਪ੍ਰਭੂ ਚਿਤ ਚਿੰਤ ਮਝਾਰੀ ਹੁਣ ਪੁੱਛੇ ਨਾ ਤੇ ਮਹਾਰਾਜ ਨੂੰ ਪਤਾ ਮਹਾਰਾਜ ਕਹਿੰਦੇ ਸ਼ਮੀਰ ਬੜਾ ਚਿੰਤਤ ਹੈ ਪੁੱਛ ਮਹਾਰਾਜ ਕਹਿੰਦੇ ਕੀ ਪੁੱਛਣਾ ਈ ਨਹਿ ਸੋਚੋ ਆਨੰਦ ਕਰੋ ਹੋਇਓ ਭਲ ਤੇਰਾ ਮਹਾਰਾਜ ਕਹਿੰਦੇ ਐਵੇਂ ਸੋਚੀ ਨਾ ਜਾ ਤੇਰਾ ਭਲਾ ਹੀ ਹੋਇਆ ਅੱਜ ਕੇ ਆਖੋ ਵਾਹਿਗੁਰੂ ਦਸ ਮਹਾਰਾਜ ਕਹਿੰਦੇ ਕੀ ਹੋਇਆ ਹਾਂਜੀ ਏਕ ਨਿਸਾਮੈ ਨੇ ਵਰਗਾ ਤੁਵ ਲੇਖ ਕਨੇਰਾ ਉਹਨੇ ਦੱਸਿਆ ਮਹਾਰਾਜ ਇਸ ਤਰ੍ਹਾਂ ਹੋਇਆ ਇਸ ਤਰ੍ਹਾਂ ਹੋਇਆ ਮਹਾਰਾਜ ਕਹਿੰਦੇ ਕਈ ਦਿਨ ਹੋ ਗਿਆ ਸਾਨੂੰ ਇਹੋ ਕਹਿੰਦਾ ਸੀ ਜਨਮ ਮਰਨ ਕੱਟ ਦਿਓ ਅਸੀਂ ਕਹਿੰਦੇ ਹਾਂ ਤੇਰਾ ਲੇਖਾ ਬੜਾ ਵੱਡਾ ਮਹਾਰਾਜ ਕਹਿੰਦੇ ਜਾ ਕੱਲ ਹੀ ਤੇਰੇ 'ਤੇ ਕਿਰਪਾ ਕਰਤੀ ਸੀ ਇੱਕ ਰਾਤ ਵਿੱਚ ਸਾਰਾ ਜਨਮ ਮਰਨ ਹੀ ਕੱਟ ਦਿੱਤਾ ਮਹਾਰਾਜ ਕਹਿੰਦੇ ਇੱਕ ਰਾਤ ਵਿੱਚ ਨਿਬੜ ਗਿਆ ਹੀ ਸਾਰਾ ਕੁਝ ਮਹਾਰਾਜ ਕਹਿੰਦੇ ਏਕ ਨਿਸ਼ਾ ਮਹਿ ਨਿਬਰਗਾ ਤੁਵ ਲੇਖ ਕਨੇਰਾ ਤੇਰਾ ਬੜਾ ਵੱਡਾ ਲੇਖਾ ਮਹਾਰਾਜ ਕਹਿੰਦੇ ਇੱਕ ਰਾਤ 'ਚ ਹੀ ਨਿਬੜ ਗਿਆ ਹੀ ਕਹਿਣ ਲੱਗੇ ਹਾਂਜੀ ਸੁਨਤ ਨਮਰ ਹੋਏ ਮੋਹਰ ਮੋਹ ਪਗਨੋ ਮਨੋ ਕਨੰਤਾ ਬਸ ਫਿਰ ਕੀ ਪਿੱਤ ਟੇਕੇ ਬਾਰ ਬਾਰ ਮੱਥੇ ਅੱਛਾ ਮਹਾਰਾਜ ਮਹਾਰਾਜ ਕਹਿੰਦੇ ਹਾਂ ਤੁਸੀਂ ਵੀ ਝੁਕਾਓ ਸਿਰ ਸਾਰੇ ਆਪਾਂ ਵੀ ਆਖੋ ਧੰਨ ਗੁਰੂ ਗੋਬਿੰਦ ਸਿੰਘ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਪ੍ਰਭ ਜੀ ਭੇਵ ਬਤਾਈਐ ਮੁਝ ਚਿੰਤ ਅਨੰਤਾ ਮਹਾਰਾਜ ਮੈਨੂੰ ਭੇਦ ਤੇ ਦੱਸੋ ਮੈਨੂੰ ਤੇ ਬੜੀ ਚਿੰਤਾ ਲੱਗੀ ਸੀ ਰਾਤ ਦੀ ਹਾਂਜੀ ਸੁਪਨਾ ਹੋਇਓ ਸਾਚ ਕੈ ਦੋਨੋ ਬਿਦ ਜਾਨੀ ਸੁਪਨਾ ਸੀ ਕਿ ਸੱਚ ਵਰਤ ਰਿਹਾ ਸੀ ਸਾਰਾ ਕੁਝ
ਹਾਂਜੀ ਫਲ ਪੀਲੂ ਕੇ ਸਮੋ ਨਹਿ ਨਿਸ ਮੈਂ ਕਿਹਾ ਖਾਨੀ ਜੋ ਸੁਪਨੇ ਵਿੱਚ ਖਾਈਏ ਉਹ ਸੱਚੀ ਮੁੱਚੀ ਮੁੱਖ ਵਿੱਚ ਨਹੀਂ ਆਉਂਦਾ ਮਹਾਰਾਜ ਇਹ ਤੇ ਸੱਚੀ ਮੁੱਚੀ ਮੁੱਖ ਵਿੱਚ ਆ ਰਿਹਾ ਤੇ ਮਹਾਰਾਜ ਸੱਚੇ ਪਾਤਸ਼ਾਹ ਸੁਪਨਾ ਸੀ ਕੇ ਸੱਚ ਸੀ ਸ਼੍ਰੀ ਮੁੱਖ ਸ਼੍ਰੀ ਮੁੱਖ ਤੇ ਭਾਖਿਓ ਤਬੈ ਤੁਵ ਜਨਮ ਕਨੇਰੇ ਮਹਾਰਾਜ ਕਹਿੰਦੇ ਪੀਲੂ ਵਾਹਿਗੁਰੂ ਸ਼ਮੀਰ ਸੁਪਨਾ ਵੀ ਸੀ ਤੇ ਸੱਚ ਵੀ ਸੀ ਮਹਾਰਾਜ ਕਹਿੰਦੇ ਆ ਤੇ ਅਸੀਂ ਖੇਡ ਵਰਤਾਈ ਸੀ ਸੁਪਨੇ ਦੀ ਚੀਜ਼ ਕਿੱਥੋਂ ਸੱਚੀ ਮੁੱਚੀ ਮੁੱਖ ਵਿੱਚ ਆਉਂਦੀ ਹੈ ਤੇਰੇ ਜਨਮ ਬੜੇ ਹੀ ਤੈਨੂੰ ਬੜੀ ਵਾਰੀ ਜੰਮਣਾ ਮਰਨਾ ਪੈਣਾ ਸੀ ਮਹਾਰਾਜ ਕਹਿੰਦੇ ਹਾਂਜੀ ਸੁਪਨੇ ਬਿਖੈ ਪੁਗਾਏ ਦੀਏ ਸੁੱਧ ਭਾ ਇਸ ਬੇਰੇ ਮਹਾਰਾਜ ਕਹਿੰਦੇ ਤੈਨੂੰ ਸੋਝੀ ਕਰਵਾ ਦਿੱਤੀ ਹੈ ਤੇਰੇ ਜਿੰਨੇ ਜਨਮ ਨੇ ਸਾਰੇ ਸੁਪਨੇ ਵਿੱਚ ਨਿਬੇੜ ਦਿੱਤੇ ਹੈ ਕਰਮਾਂ ਦਾ ਲੇਖਾ ਜੇ ਕੋਈ ਨਿਬੇੜ ਸਕਦਾ ਤੇ ਸਤਿਗੁਰੂ ਨਿਬੇੜ ਸਕਦੇ ਹੈ ਇਸ ਕਰਕੇ ਪੱਕੀ ਬੇਨਤੀ ਕਰਨੀ ਚਾਹੀਦੀ ਮਹਾਰਾਜ ਇਹ ਕੰਮ ਕਰੋ ਸੱਚੇ ਪਾਤਸ਼ਾਹ ਹਾਂਜੀ ਹਮ ਤੇ ਜਾਚਤ ਨਿਤ ਹੋਇਓ ਨਹਿ ਪਰੋਂ ਚੁਰਾਸੀ ਸਾਡੇ ਕੋਲ ਰੋਜ਼ ਤੇ ਮੰਗਦਾ ਹੁੰਦਾ ਸਾਂ ਚੁਰਾਸੀ ਤੋਂ ਰੱਖੋ ਚੁਰਾਸੀ ਤੋਂ ਰੱਖੋ ਹਾਂਜੀ ਸੋ ਨਿਸ਼ਚੈ ਤੋਂ ਕਹਿ ਦਿਓ ਕਟਕੈ ਜਮ ਫਾਂਸੀ ਕਟ ਗਈ ਜਮ ਫਾਂਸੀ ਮਹਾਰਾਜ ਕਹਿੰਦੇ ਤੈਨੂੰ ਨਿਸ਼ਚਾ ਕਰਵਾ ਦਿੱਤਾ ਤਸੱਲੀ ਕਰਾ ਦਿੱਤੀ ਸ਼ਮੀਰ ਤੂੰ ਸਾਡੀ ਪਿਆਰ ਨਾਲ ਸੇਵਾ ਕੀਤੀ ਤੇਰੀ 84 ਲੱਖ ਜੂਨ ਕੱਟ ਦਿੱਤੀ ਹੈ ਮਹਾਰਾਜ ਕਹਿੰਦੇ ਮਹਾਰਾਜ ਨੇ ਇਹ ਤੇ ਮਹਾਰਾਜ ਜਾਣ ਕੇ ਕਹਿੰਦੇ ਸਨ ਇਹ ਨਹੀਂ ਹੋ ਸਕਦਾ ਕੁਝ ਹੋਰ ਮੰਗ ਲੈ ਤਾਂ ਕਿ ਇਹਦੀ ਮੰਗ ਪੱਕੀ ਹੋ ਜੇ ਜੀ ਇਹਦੀ ਮੰਗ ਪੱਕੀ ਹੋ ਜੇ ਜਦੋਂ ਮੰਗ ਪੱਕੀ ਹੋ ਗਈ ਇੱਕ ਰਾਤ 'ਚ ਮਹਾਰਾਜ ਨੇ ਸਭ ਕੁਝ ਨਿਬੇੜ ਦਿੱਤਾ ਜੀ ਹਾਂਜੀ ਦੁਰਲੱਭ ਪਦ ਜੋਗੀਨ ਕੋ ਸੋ ਪ੍ਰਾਪਤ ਹੋਵੇ ਭਵ ਜਲ ਦਿਓ ਤਰਾਏ ਕਰ ਨਹਿ ਸੰਕਟ ਜੋਵੈ ਸੱਚੇ ਪਾਤਸ਼ਾਹ ਗਰੀਬ ਨਵਾਜ ਮਹਾਰਾਜ ਕਹਿਣ ਲੱਗੇ ਹੁਣ ਤੈਨੂੰ ਬ੍ਰਹਮ ਗਿਆਨ ਦੀ ਦਾਤ ਪ੍ਰਾਪਤ ਹੋਏਗੀ ਜਦੋਂ ਤੂੰ ਸਰੀਰ ਤਿਆਗਣਾ ਤੈਨੂੰ ਬ੍ਰਹਮ ਗਿਆਨ ਦੀ ਦਾਤ ਪ੍ਰਾਪਤ ਹੋਏਗੀ ਹਾਂਜੀ ਗੁਰ ਟਿਗ ਬੈਠੇ ਤਿਖਾਨ ਇੱਕ ਥਿਰ ਦਿਆਲਪੁਰੇ ਕੋ ਉਹ ਦਿਆਲਪੁਰੇ ਦਾ ਉਹੋ ਹੀ ਤਰਖਾਣ ਮਹਾਰਾਜ ਗਰੀਬ ਨਵਾਜ ਜੀ ਦੇ ਕੋਲ ਬੈਠਾ ਸੀ ਜਿਹਨੇ ਪੋਸ਼ਿਸ਼ ਦਿੱਤੀ ਸੀ ਹਾਂਜੀ ਸੋ ਬੋਲਿਓ ਕਰ ਨਿਜ ਜੋਰ ਕੈ ਨਿਜ ਮਸਤਕ ਟੇਕੋ ਉਹ ਵੇਖ ਲਓ ਮਾਹੌਲ ਹੀ ਹੁੰਦਾ ਜਦੋਂ ਮਹਾਰਾਜ ਬਖਸ਼ਿਸ਼ਾਂ ਦੇ ਘਰ ਵਿੱਚ ਆਏ ਹੋਣ ਉਹ ਕਹਿਣ ਲੱਗਾ ਉਹਨੇ ਵੇਖਿਆ ਵੀ ਮਾਹੌਲ ਵਧੀਆ ਮਹਾਰਾਜ ਮਿਹਰ ਕਰਨ ਦਾ ਹੈ ਹਾਂਜੀ ਬਖਸ਼ੋ ਇਸ ਕੇ ਸੰਗ ਮੁਝ ਭਵ ਜਲ ਤੇ ਰੱਖੋ ਉਹ ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰ ਦਿਓ ਮੈਨੂੰ ਵੀ ਬਚਾ ਲਓ ਇਹਦੇ ਨਾਲ ਮੇਰੇ ਤੇ ਵੀ ਮਿਹਰ ਕਰ ਦਿਓ ਹਾਂਜੀ ਦਾਸ ਜਾਨ ਕਰ ਆਪਣੋ ਦੇਹੋ ਬਰ ਜਿਮ ਕਾਂਖੋ ਮਹਾਰਾਜ ਮੇਰੀ ਵੀ ਅਭਿਲਾਸ਼ਾ ਪੂਰੀ ਕਰ ਦਿਓ ਇਹੋ ਹੀ ਮਹਾਰਾਜ ਇਹਦੇ ਤੇ ਮਿਹਰ ਕਰ ਦਿੱਤੀ ਆ ਹਾਂਜੀ ਬਿਗਸੇ ਪ੍ਰਭ ਜੀ ਢਿੱਗ ਰਹਿਤ ਮਨ ਪ੍ਰੇਮ ਕਨੇਰਾ ਮਹਾਰਾਜ ਖੁਸ਼ ਹੋ ਕੇ ਕਹਿੰਦੇ ਮਹਾਰਾਜ ਕਹਿੰਦੇ ਇਹ ਤੇ ਸਾਡੇ ਨਾਲ ਪਿਆਰ ਬੜਾ ਕਰਦਾ ਪਰ ਤੂੰ ਵੀ ਘੱਟ ਨਹੀਂ ਕਰਦਾ ਤੂੰ ਵੀ ਬੜਾ ਪਿਆਰ ਕਰਦਾ ਹਾਂਜੀ ਤਿਸ ਪਰ ਭੀ ਕਰੁਣਾ ਕਰੀ ਭਾਖਿਓ ਤਿਸ ਬੇਰਾ ਲਓ ਉਹਦੇ ਤੇ ਵੈਸੇ ਹੀ ਮਹਾਰਾਜ ਨੇ ਮਿਹਰ ਕਰਤੀ ਜੀ ਗੱਜ ਕੇ ਆਖੋ ਵਾਹਿਗੁਰੂ ਖੁਸ਼ੀ ਦੀ ਗੱਲ ਹੀ ਹੈ ਜੀ ਉਹਦੇ ਤੇ ਵੈਸੇ ਮਿਹਰ ਕਰਤੀ ਮਹਾਰਾਜ ਕਹਿੰਦੇ ਜਾ ਤੈਨੂੰ ਵੈਸੇ ਹੀ ਬਖਸ਼ ਦਿੱਤਾ ਕਹਿਣ ਲੱਗੇ ਤੈਨੂੰ ਵੈਸੇ ਹੀ ਬਖਸ਼ ਦਿੱਤਾ ਹਾਂਜੀ ਤੂੰ ਭੀ ਸੰਗ ਸ਼ਮੀਰ ਕੇ ਤਿਆਗੈ ਨਿਜ ਪ੍ਰਾਣਾ ਜਦੋਂ ਸ਼ਮੀਰ ਪ੍ਰਾਣ ਤਿਆਗੇਗਾ ਤੇਰੀ ਉਮਰ ਵੀ ਉਦੋਂ ਪੂਰੀ ਹੋ ਜਾਣੀ ਇਹਦੇ ਨਾਲ ਪ੍ਰਾਣ ਤਿਆਗ ਦੀ ਮਹਾਰਾਜ ਕਹਿੰਦੇ ਹਾਂਜੀ ਨਿਕਟ ਹਮਾਰੇ ਪਹੁੰਚ ਕੇ ਕਰ ਬੰਧਨ ਹਨ ਕੋਈ ਜੰਮ ਨੀ ਕੋਈ ਜਨਮ ਨੀ ਕੋਈ ਮਰਨ ਨੀ ਸਾਡੇ ਕੋਲ ਹੀ ਪਹੁੰਚੋਗੇ ਤੁਹਾਨੂੰ ਪੱਕੀ ਥਾਂ ਦਿੱਤੀ ਮਹਾਰਾਜ ਕਹਿਣ ਲੱਗੇ ਹਾਂਜੀ ਸੁਣ ਦੋਨੋ ਆਨੰਦ ਧਰ ਬੰਧਹਿ ਪਦ ਕੰਜਨ ਦੋਵੇਂ ਹੀ ਆਨੰਦ ਚ ਹੋ ਗਏ ਜੀ ਮਹਾਰਾਜ ਗਰੀਬ ਨਵਾਜ ਜੀ ਨੂੰ ਮੱਥਾ ਟੇਕਿਆ ਦੋਵਾਂ ਨੇ ਧੰਨ ਧੰਨ ਸ਼੍ਰੀ ਸਤਿਗੁਰੂ ਦੁੱਖ ਦਾਲਿਕ ਭੰਜਨ ਤੇ ਮਹਾਰਾਜ ਨੂੰ ਧੰਨ ਧੰਨ ਕਹਿਣ ਦੇ ਮਹਾਰਾਜ ਤੁਸੀਂ ਧੰਨ ਚ ਮਹਾਰਾਜ ਇੰਨਾ ਵੱਡਾ ਦੁੱਖ ਜਨਮਾਂ ਦਾ ਕਈ ਜਨਮ ਲੱਗਣੇ ਸਨ ਇੱਕ ਛਿਨ ਵਿੱਚ ਮਿਟਾ ਦਿੱਤਾ ਸੱਚੇ ਪਾਤਸ਼ਾਹ ਹਲਤ ਪਲਤ ਇੱਕ ਛਿਨ ਬਿਖੈ ਜਨ ਕੇਰ ਸੁਧਾਰੋ ਜਗਤ ਸਗਲ ਹੈ ਮੰਗਤਾ ਤੁਮ ਏਕ ਦਾਤਾਰੋ ਮਹਾਰਾਜ ਸਾਰਾ ਜਗਤ ਮੰਗਤਾ ਤੁਸੀਂ ਇੱਕ ਦਾਤੇ ਹੋ ਮਹਾਰਾਜ ਸਾਡੇ ਬਸ ਇਸੇ ਤਰ੍ਹਾਂ ਸਾਡੇ ਤੇ ਕਿਰਪਾ ਰੱਖਿਓ ਜਿਵੇਂ ਉਹ ਮਹਾਰਾਜ ਨੂੰ ਧੰਨ ਧੰਨ ਕਹਿ ਰਹੇ ਅਸੀਂ ਵੀ ਕਹੀਏ ਗੁਰਪੂਰਾ ਮੇਰਾ ਗੁਰਪੂਰਾ ਗੁਰਪੂਰਾ ਮੇਰਾ ਗੁਰਪੂਰਾ ਇੱਕ ਵਾਰੀ ਅਸੀਂ ਦੋਵੇਂ ਸਿੰਘ ਇੱਕ ਵਾਰੀ ਤੁਸੀਂ ਸਿੰਘ ਅਤੇ ਇੱਕ ਵਾਰੀ ਮਾਤਾਵਾਂ ਇੱਕ ਵਾਰੀ ਕਹਿ ਲਈਏ ਫਿਰ ਸਮਾਂ ਬੜਾ ਹੋ ਗਿਆ ਖਿਮਾ ਮੰਗਣੀ ਹੈ ਪ੍ਰੇਮ ਨਾਲ ਸਾਰੇ ਕਹੋ ਜੀ ਗੁਰਪੂਰਾ ਮੇਰਾ ਗੁਰਪੂਰਾ
ਬੁੱਢਾ ਵੱਡੀ ਜੀ ਕਰੀ ਜਦੋਂ ਲੱਗੀ ਹੈ ਜੀ ਕਰਦਾ ਕਰੀ ਚੱਲੀਏ ਪਰ ਸਮਾਂ ਹੋ ਗਿਆ ਮਹਾਰਾਜ ਮਿਹਰ ਕਰਨ ਸੱਚੇ ਪਾਤਸ਼ਾਹ ਸਭ ਸੰਗਤਾਂ ਦੇ ਸਿਰ 'ਤੇ ਮੇਰਾ ਭਰਿਆ ਹੱਥ ਰੱਖਣ ਸਤਿਗੁਰੂ ਅੱਗੇ ਅਰਦਾਸ ਕਰੋ ਮੋਕੋ ਤਾਰ ਲੈ ਰਾਮਾ ਤਾਰ ਲੈ ਬਾਪ ਬਾਪ ਬੀਠ ਲਾ ਮੈਂ ਅਜਾਨ ਜਨ ਤਰਬੇ ਨਾ ਜਾਨੋ ਮੋਕੋ ਬਾਹਾਂ ਦੇ ਬਾਪ ਬੀਠ ਲਾ ਮਹਾਰਾਜ ਕਿਰਪਾ ਕਰਨ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖੇਮਾ ਕੀ ਨਾਮ ਮਹਾਰਾਜ ਆਪ ਜੀ ਦਾ ਭਾਈ ਹਰਵਿੰਦਰਪਾਲ ਸਿੰਘ ਜੀ ਇੰਗਲੈਂਡ ਤੋਂ ਸਮੇਤ ਪਰਿਵਾਰ ਦੇ ਸਤਿਗੁਰੂ ਗਰੀਬ ਨਿਵਾਸ ਜੀ ਦੀ ਹਾਜ਼ਰੀ ਵਿੱਚ ਪਹੁੰਚੇ ਹੈ ਬੜੀ ਕਿਰਪਾ ਹੈ ਪਿੱਛੇ ਜੇ ਫਿਲੌਰ ਹਰੀਪੁਰ ਨਗਰ ਵਿੱਚ ਹਰੀਪੁਰ ਖਾਲਸਾ ਪਿੰਡ ਹੈ ਇਹਨਾਂ ਦਾ ਉੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪ੍ਰੇਮ ਵਿੱਚ ਸਮਾਗਮ ਕਰਾਇਆ ਸੀਗਾ ਉੱਥੇ ਦਾਸ ਹਾਜ਼ਰੀ ਭਰਨ ਗਿਆ ਸੀ ਅੱਜ ਇਹ ਆਪ ਆਏ ਹੈ ਪਰਿਵਾਰ ਸਮੇਤ ਗੁਰੂ ਸਾਹਿਬ ਮਿਹਰ ਕਰਨ ਹੋਰ ਦਾਤ ਬਖਸ਼ਣ ਇਹਨਾਂ ਦੀ ਵੀ ਮਨ ਇੱਛਾ ਜਿਹੜੀ ਹੈ ਮਹਾਰਾਜ ਸੱਚੇ ਪਾਤਸ਼ਾਹ ਪੂਰੀ ਕਰਨ ਐਂ ਪੱਕੀ ਮੰਗ ਰੱਖਣੀ ਹੈ ਜਿਵੇਂ ਸ਼ਮੀਰ ਨੇ ਪੱਕੀ ਮੰਗ ਰੱਖੀ ਹੈ ਮਹਾਰਾਜ ਮਿਹਰ ਕਰ ਦਿੰਦੇ ਹੈ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ ਦੋਵੇਂ ਹੱਥ ਜੋੜ ਕੇ ਗੱਜ ਕੇ ਸਾਰੀ ਸੰਗਤ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।